ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਉਹਦੇ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ ਕੁਝ ਸੰਸਥਾਵਾਂ ਨੇ ਸਕੂਲ ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ ਸ਼ੁਕਰਵਾਘਰ ਹਰਦਾ ਹੁਣ ਤਾਂ ਬੱਚੇ ਵੀ ਪੁੱਛਣ ਲੱਗੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਹੁਣ ਤਾਂ ਬੱਚਿਆਂ ਦੇ ਟੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਨ ਦਿੰਦੇ ਹਨ ਮਿੱਠਾ ਜਿਹਾ ਹਲੂਣਾ ਦਿੰਦੇ ਨੇ ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ ਸ਼ੁਰੂ ਕਰਾਂਗੇ ਕੱਲ ਨੂੰ ਕਰਾਂਗੇ ਇਸ ਵੀਕਐਂਡ ਤੇ ਕਰਾਂਗੇ ਟਾਈਮ ਨਹੀਂ ਹੈ ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਨ ਕੇ ਰੱਖ ਦਿੱਤਾ ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ ਕਰ ਕਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਕਰ ਕਰ ਵਿੱਚ ਲਿਜਾਣੀ ਹੈ ਸਾਡੇ ਦੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕਿ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ ਪਰਿਵਾਰ ਦਾ ਕੋਈ ਵੀ ਮੈਂਬਰ ਬੰਜਾ ਨਾ ਰਹਿ ਜਾਵੇ ਕੋਈ ਰਿਸ਼ਤੇਦਾਰ ਸ਼ਰੀਕੇ ਵਿੱਚੋਂ ਮਿੱਤਰਾਂ ਦੋਸਤਾਂ ਚੋਂ ਕੋਈ ਵੀ ਬੰਜਾ ਨਾ ਰਹਿ ਸਕੇ ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ ਮਨਦੀਏ ਸੋਣ ਸ਼ਬਦ ਵਿਚਾਰਾ ਮਨਦੀਏ ਸੋਣ ਸ਼ਬਦ ਵਿਚਾਰਾ ਜਿਵੇਂ ਜਿਵੇਂ ਵਰਸੈ ਉਰਤ ਭਾ ਮਨਦੀਏ ਸੋਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਧਿਆਪਨ ਦੀ ਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 263 ਦੇ ਉਪਰ ਅੰਕਿਤ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਲੰਬੀ ਬਾਣੀ ਸੁਖਮਨੀ ਸਾਹਿਬ ਕੱਲ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੋਈ ਸੀ ਪਹਿਲੀ ਅਸ਼ਟਪਦੀ ਦੇ ਤਨ ਪਦਿਆਂ ਦੀ ਵਿਚਾਰ ਕੱਲ ਕੀਤੀ ਸੀ ਚੌਥੇ ਪਦੇ ਤੋਂ ਅੱਜ ਵਿਚਾਰ ਸ਼ੁਰੂ ਹੋ ਰਹੀ ਹੈ ਧਰਮ ਦੀ ਦੁਨੀਆ ਦੇ ਵਿੱਚ ਸਿੱਖੀਜ਼ਮ ਦੇ ਵਿੱਚ ਜਿਹੜੇ ਧਰਮ ਦੇ ਮੇਨ ਕਾਰਜ ਨੇ ਕੋਈ ਸਵੇਰੇ ਉੱਠ ਕੇ ਬੰਦਗੀ ਕਰਦਾ ਹੈ ਕੋਈ ਨਿਤਨੇਮ ਸਹਿਜ ਪਾਠ ਕਰਦਾ ਹੈ ਕੋਈ ਅਰਥਾਂ ਸਮੇਤ ਸਹਿਜ ਪਾਠ ਕਰਦਾ ਹੈ ਕੋਈ ਸੰਗਤ ਕਰਦਾ ਹੈ ਕੋਈ ਸੇਵਾ ਕਰਦਾ ਹੈ ਜਿਹੜੇ ਧਰਮ ਦੇ ਕਰਮ ਨੇ ਇਹਦੇ ਪਿੱਛੇ ਇੱਕ ਵਿਜ਼ਨ ਹੈ ਇੱਕ ਟਾਰਗੇਟ ਹੈ ਅਗਰ ਉਹ ਟਾਰਗੇਟ ਪੂਰਾ ਹੋ ਗਿਆ ਤਾਂ ਇਹ ਕਾਰਜ ਸਫਲ ਹੋ ਗਏ ਨੇ ਉਹ ਕਾਰਜ ਹੈ ਉਹ ਟਾਰਗੇਟ ਹੈ ਕਿ ਜਦੋਂ ਅਸੀਂ ਜੀਵਨ ਜਿਉਂਦੇ ਹਾਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਛਰੀਕੇ ਰਿਸ਼ਤੇਦਾਰੀ ਦੇ ਵਿੱਚ ਵਕ-ਵਕ ਤਰਾਂਦੀਆਂ ਜ਼ਿੰਮੇਵਾਰੀਆਂ ਸਿਨੇ ਬੰਦੇ ਹਾਂ ਉਹਦੇ ਨਾਲ ਨਾਲ ਕੌਮ ਦੇ ਲਈ ਸਮਾਜ ਦੇ ਲਈ ਪਰਉਪਕਾਰੀ ਮਾਰਗਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਹਰ ਤਰ੍ਹਾਂ ਦੇ ਹਾਲਾਤ ਆਉਂਦੇ ਨੇ ਉਤਰਾ ਚੜਾ ਆਉਂਦੇ ਨੇ ਬਿਗਨ ਰਕਾਪਟਾਂ ਵੀ ਆਉਂਦੀਆਂ ਨੇ ਦੁੱਖ ਸੁੱਖ ਆਉਂਦੇ ਨੇ ਚੰਗੇ ਹਾਲਾਤ ਵੀ ਆਉਂਦੇ ਨੇ ਔਖੇ ਹਾਲਾਤ ਵੀ ਆਉਂਦੇ ਨੇ ਹਰ ਵੇਲੇ ਹਰ ਪਲ ਰੱਬ ਦੀ ਭੈ ਭਾਵਨੀ ਦੇ ਵਿੱਚ ਫੈਸਲਾ ਲਵੇ ਕਿ ਸਾਡੇ ਅੰਦਰ ਇੱਕ ਜੋ ਅਹਿਸਾਸ ਕਰਨ ਦਾ ਤਲ ਹੈ ਰਿਅਲਾਈਜ਼ ਕਰਦੇ ਹਾਂ ਜੋ ਅੰਦਰ ਉਹਦੇ ਵਿੱਚ ਭੈ ਭਾਵ ਨਹੀਂ ਬਣੀ ਰਹੇ ਹਰ ਵੇਲੇ ਇਹਦੇ ਲਈ ਇਹ ਸਾਰੇ ਧਰਮ ਦੇ ਕਾਰਜ ਕਰਦੇ ਆ ਨੰਬਰ 1 ਨੰਬਰ 2 ਜੋ ਅਸੀਂ ਸਾਡੇ ਅੰਦਰ ਮਹਿਸੂਸ ਕਰਨ ਦਾ ਤਲ ਹੈ ਫੀਲਿੰਗ ਲੈਵਲ ਉਥੇ ਸਾਨੂੰ ਹਰ ਵੇਲੇ ਫੀਲ ਹੋਵੇ ਕਿ ਵਾਹਿਗੁਰੂ ਸੱਚੇ ਪਾਤਸ਼ਾ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ ਗੋਣ ਬਣ ਕੇ ਹਰ ਇੱਕ ਦੇ ਅੰਦਰ ਨੇ ਨਿਜ਼ਮ ਬਣ ਕੇ ਸਾਡੇ ਅੰਦਰ ਤੇ ਬਾਹਰ ਹਰ ਥਾਂ ਤੇ ਵਰਤਾਰਾ ਵਰਤ ਰਿਹਾ ਹੈ ਤੇ ਵਾਹਿਗੁਰੂ ਜੀ ਦੀ ਜੋਤ ਸਾਡੇ ਅੰਦਰ ਤੇ ਹਰ ਥਾਂ ਤੇ ਹੈ ਇਹ ਮਹਿਸੂਸ ਕਰਨ ਦੇ ਤਲ ਦੇ ਉੱਪਰ ਸਾਡੇ ਅੰਦਰ ਇਹ ਭਾਵਨਾ ਹਰ ਵੇਲੇ ਹਰ ਪਲ ਬਣੀ ਰਹੇ ਇਹ ਸਾਡਾ ਟਾਰਗੇਟ ਹੈ ਤੀਸਰਾ ਹੈ ਜੋ ਸਾਡੇ ਅੰਦਰ ਮੈਮਰੀ ਪਾਵਰ ਹੈ ਚੇਤਾ ਸ਼ਕਤੀ ਹੈ ਯਾਦਾਸਤ ਯਾਦਾਸਤ ਸਾਡੇ ਦਿਮਾਗ ਦੇ ਨਿਊਰਨ ਸਿਸਟਮ ਨਾਲ ਸੰਬੰਧਿਤ ਹੈ ਇਹਦੇ ਵਿੱਚ ਹਰ ਵੇਲੇ ਇਹਨ ਵਰਕਿੰਗ ਪ੍ਰੋਸੈਸ ਵਿੱਚ ਰਹਿੰਦੀ ਹੈ ਕੋਈ ਨਾ ਕੋਈ ਯਾਦ ਚਲਦੀ ਰਹਿੰਦੀ ਹੈ ਉਸ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਬਣਿਆ ਰਹੇ ਇਹ ਟਾਰਗੇਟ ਤਿੰਨ ਨੇ ਸਾਡੇ ਭੈ ਭਾਵਨੀ ਵਾਹਿਗੁਰੂ ਜੀ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਸਮਝਣਾ ਸ਼ੁਕਰਾਨੇ ਦੀ ਭਾਵਨਾ ਤੇ ਨਾਲ ਉਹਦੀ ਮਿੱਠੀ ਮਿੱਠੀ ਯਾਦ ਸਵੇਰ ਵੇਲੇ ਦੀ ਬੰਦਗੀ ਪਾਠ ਨਿਤਨੇਮ ਸੰਗਤ ਸੇਵਾ ਇਹ ਕਰਨ ਦੇ ਲਈ ਵਿਜ਼ਨ ਕਲੀਅਰ ਹੋਣਾ ਚਾਹੀਦਾ ਮੈਂ ਕਿਸ ਲਈ ਕਰ ਰਿਹਾ ਅਤਨ ਚੀਜ਼ਾਂ ਪ੍ਰਾਪਤ ਕਰਦੇ ਉਹਦੇ ਚ ਜੋ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ ਉਹਦੇ ਬਾਰੇ ਸਾਰੀ ਅਸਤਪਦੀ ਵਿੱਚ ਬਾਕਮਾਲ ਵਿਚਾਰਾਂ ਨੇ ਉਹ ਜੋ ਮਿੱਠੀ ਮਿੱਠੀ ਯਾਦ ਹੈ ਅੰਦਰ ਵਾਹਿਗੁਰੂ ਜੀ ਦੀ ਹਰ ਵੇਲੇ ਇਹ ਤੇ ਇਹ ਗੱਲ ਜ਼ਰੂਰ ਯਾਦ ਰੱਖੇ ਇਕ ਕੋਈ ਬੰਦਗੀ ਕਰ ਰਿਆ ਸਵੇਰ ਵੇਲੇ ਉਹ ਅਭਿਆਸ ਹੈ ਪ੍ਰੈਕਟਿਸ ਹੈ ਇਸ ਲਈ ਕਿ ਜੋ ਦਿਨ ਵਿੱਚ ਜੀਵਨ ਜਿਉਣਾ ਹੈ ਉਹਦੇ ਵਿੱਚ ਮਿੱਠੀ ਮਿੱਠੀ ਯਾਦ ਬਣੀ ਰਹੇ ਉਹ ਜਿਹੜੀ ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਹੈ ਉਹਨੂੰ ਪ੍ਰਭ ਦਾ ਸਿਮਰਨ ਕਿਹਾ ਹੈ ਇਹ ਪ੍ਰਭ ਦਾ ਸਿਮਰਨ ਵਰਤ ਕੇ ਜੋ ਸਾਨੂੰ ਦੱਸਿਆ ਗਿਆ ਹੈ ਆਪਾਂ ਇਸ ਮਿੱਠੀ ਮਿੱਠੀ ਯਾਦ ਨੂੰ ਸਿਮਰਨ ਸ਼ਬਦ ਦੇ ਨਾਲ ਸਿੱਖਣ ਦਾ ਯਤਨ ਕਰੀਏ ਰੱਬ ਦਾ ਸਿਮਰਨ ਸਭ ਤੇ ਉੱਚਾ ਇਹ ਸਭ ਤੋਂ ਉੱਤਮ ਹੈ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਕੀਮਤੀ ਹੈ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਰੱਬ ਕਾ ਸਿਮਰਨ ਉਧਰੇ ਮੂਚਾ ਕਿਉਂਕਿ ਜਦੋਂ ਵੀ ਮਨ ਬੁਰੀਆਂ ਆਦਤਾਂ ਵਿੱਚ ਜਾਂਦਾ ਹੈ ਵਿਕਾਰਾਂ ਵਿੱਚ ਜਾਂਦਾ ਹੈ ਇਹ ਅੰਦਰੋਂ ਰੱਬ ਦੀ ਯਾਦ ਨੂੰ ਭੁਲਾ ਲੈਂਦਾ ਹੈ ਰੱਬ ਦੇ ਪੈਰ ਨੂੰ ਭੁੱਲਦਾ ਹੈ ਇਹ ਵਾਹਿਗੁਰੂ ਜੀ ਦੀ ਯਾਦ ਨੇ ਇਸ ਮਨ ਨੂੰ ਬਚਾ ਲੈਣਾ ਉਧਰੇ ਮੂਚਾ ਬਹੁਤ ਸਾਰੇ ਅਣਗਿਣਤ ਜੀਵਾਂ ਨੂੰ ਇਹ ਪ੍ਰਭ ਦਾ ਸਿਮਰਨ ਬਚਾਉਂਦਾ ਹੈ ਰੱਬ ਕਹਿ ਸਿਮਰਨ ਤ੍ਰਿਸ਼ਨਾ 부ਜੈ ਆਪਣੇ ਆਪਣੇ ਜੀਵਨ ਵਿੱਚ ਅਸੀਂ ਆਪਣੀ ਆਪਣੀ ਰਿਪੋਰਟ ਕਾਰਡ ਨੂੰ ਦੇਖਣਾ ਜਿਨੂੰ ਕਹਿਣਾ ਬੰਦੇ ਕੋ ਜੋ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਦੇਖਣਾ ਹੈ ਆਪਣੇ ਅੰਦਰ ਕੀ ਇਹ ਵਰਤ ਰਿਹਾ ਵਰਤਾਰਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜਾ ਵਾਹਿਗੁਰੂ ਜੀ ਦੇ ਸਿਮਰਨ ਰਸ ਦੇ ਨਾਲ ਅੰਦਰੋਂ ਤ੍ਰਿਸ਼ਨਾ ਨਹੀਂ ਰਹਿੰਦੀ ਸਬਰ ਸੰਤੋਖ ਵਾਲਾ ਜੀਵਨ ਹੋਏਗਾ ਜੀਵਨ ਦਾ ਬੈਲੈਂਸ ਹੋਏਗਾ ਆਪਣੇ ਪਰਿਵਾਰ ਲਈ ਵੀ ਕੁਝ ਕਰਨਾ ਹੈ ਸਮਾਜ ਲਈ ਵੀ ਕੁਝ ਕਰਨਾ ਗੁਰੂ ਦੀ ਕਾਮ ਲਈ ਵੀ ਕੁਝ ਕਰਨਾ ਤ੍ਰਿਸ਼ਨਾ ਵਿੱਚ ਉਲਝ ਕੇ ਲੋਭ ਲਾਲਚ ਵਿੱਚ ਉਲਝ ਕੇ ਸੈਲਫਿਸ਼ ਹੋ ਜਾਏਗਾ ਕੇਵਲ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕਰੇਗਾ ਸਮਾਜ ਦੇ ਲਈ ਕੌਮ ਦੇ ਲਈ ਫਿਰ ਟਾਈਮ ਨਹੀਂ ਨਿਕਲੇਗਾ ਜੇ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਨਾਲ ਨਾਲ ਅਸੀਂ ਦੇਖਣਾ ਆਪਾਂ ਜਿੰਨੇ ਧਰਮ ਦੇ ਕਰਮ ਕਰ ਰਹੇ ਆ ਕੀ ਉਹ ਅੱਗ ਬੁਝ ਗਈ ਹੈ ਇਤੇ ਤ੍ਰਿਸ਼ਨਾ ਰੋਭ ਲਾਲਚ ਦੇ ਵਿੱਚ ਦੁਨਿਆਵੀ ਪ੍ਰਾਪਤੀਆਂ ਲਈ ਹੀ ਆਪਾਂ ਤਾਂ ਨਹੀਂ ਵਾਰੀ ਜਾ ਰਹੇ ਕੀ ਗੁਰੂ ਦੀ ਕੌਮ ਦੇ ਲਈ ਸਮਾਜ ਦੇ ਲਈ ਕੁਝ ਕਰ ਰਹੇ ਆ ਸਬਰ ਸੰਤੋਖ ਵਾਲਾ ਜੀਵਨ ਹੈ ਅੰਦਰ ਸੰਤੁਸ਼ਟੀ ਆਨੰਦ ਰਸ ਹੈ ਇਹ ਪ੍ਰਭੂ ਦੇ ਸਿਮਰਨ ਦੇ ਨਾਲ ਇਹ ਪ੍ਰਾਪਤੀ ਹੁੰਦੀ ਹੈ ਰਬ ਕੈ ਸਿਮਰਨ ਸਭ ਕਿਛ ਸੁਜੈ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਇਹਦੇ ਨਾਲ ਸਭ ਕਿਛ ਸੁਜੈ ਸਮਾਜ ਵਿੱਚ ਜੋ ਵੀ ਵਰਤਾਰੇ ਵਰਤ ਰਹੇ ਨੇ ਨਾ ਇਸ ਸਭ ਕੁਝ ਦੇ ਵਿੱਚ ਵਾਹਿਗੁਰੂ ਜੀ ਮਹਿਸੂਸ ਹੁੰਦੇ ਨੇ ਉਹਦਾ ਨਿਜ਼ਮ ਮਹਿਸੂਸ ਹੁੰਦਾ ਹੈ ਹਰ ਵਰਤਾਰੇ ਚੋਂ ਇਦਾਂ ਸਮਝ ਪੈਂਦੀ ਐ ਕਿ ਇਹ ਵਰਤਾਰਾ ਵਾਹਿਗੁਰੂ ਜੀ ਮੈਨੂੰ ਸਿਖਾਉਣ ਵਾਸਤੇ ਦੇ ਰਹੇ ਨੇ ਤੇ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ ਹਰ ਜੀਵ ਦੇ ਅੰਦਰ ਹਰ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਗੁਣ ਬਣ ਕੇ ਬੈਠੇ ਨੇ ਉਹ ਗੁਣ ਦੀਆਂ ਝਲਕਾਂ ਆਪਣੇ ਅੰਦਰ ਪੈਦਾ ਕਰਨੀਆਂ ਨੇ ਇਸ ਤਰ੍ਹਾਂ ਜੀਵਨ ਦੀ ਅਸਲੀਅਤ ਦੀ ਸੋਝੀ ਆ ਜਾਂਦੀ ਐ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਫਿਰ ਜਿਹੜੇ ਵਿਕਾਰ ਨੇ ਬਿਕਾਰਨਾ ਹਮਲਾਏ ਇਹਦਾ ਫਿਰ ਡਰ ਨਹੀਂ ਲੱਗਦਾ ਆਤਮਿਕ ਮੋਤੇ ਜਾਣ ਦਾ ਡਰ ਨਹੀਂ ਲੱਗਦਾ ਇਸ ਨੂੰ ਛੋਟੀ ਜੀ ਉਦਾਹਰਨ ਨਾਲ ਸਮਝਿਓ ਇੱਕ ਉਹ ਬੱਚਾ ਹੈ ਜਿਹਦੇ ਤੇ ਬਚਪਨ ਵਿੱਚ ਉਹਦੇ ਅੰਦਰ ਗੁਰੂ ਵਿਰਸੇ ਦੇ ਬੀਜ ਬੀਜਣ ਲਈ ਟੀਨੇਜ ਦੇ ਵਿੱਚ ਉਹਦੇ ਅੰਦਰ ਗੁਰੂ ਵਿਰਸੇ ਦਾ ਗਿਆਨ ਸਿੰਜਣ ਦੇ ਲਈ ਯਤਨ ਨਹੀਂ ਕੀਤੇ ਜੇ ਬਚਪਨ ਵਿੱਚ ਟੀਨਏਜ ਵਿੱਚ ਯਤਨ ਨਹੀਂ ਕੀਤੇ ਜਵਾਨੀ ਵਿੱਚ ਉਹਨੇ ਜ਼ਿੰਮੇਵਾਰੀਆਂ ਨਭੋਨ ਸਮਾਜ ਵਿੱਚ ਜਾਣਾ ਹੈ ਤੇ ਮਾਪਿਆਂ ਨੂੰ ਹਰ ਪਲ ਡਰ ਹੁੰਦਾ ਹੈ ਕਿ ਮੇਰਾ ਬੱਚਾ ਕਿਤੇ ਕੋ ਸੰਗ ਨਾ ਹੋ ਜਾਵੇ ਨਸ਼ਿਆਂ 'ਚ ਨਾ ਚਲੇ ਜਾਵੇ ਬੁਰੀਆਂ ਆਦਤਾਂ 'ਚ ਨਾ ਜਾਵੇ ਪਰ ਦੂਸਰੇ ਪਾਸੇ ਜਿਸ ਬੱਚੇ ਦੇ ਅੰਦਰ ਬਚਪਨ ਤੋਂ ਸੰਸਕਾਰ ਗੁਰੂ ਦਾ ਵਿਰਸਾ ਉਹਦੇ ਅੰਦਰ ਸਮੋਇਆ ਹੋਇਆ ਉਨ ਘਰ ਦਾ ਕਲਚਰ ਵੀ ਉਸ ਤਰ੍ਹਾਂ ਦਾ ਮਿਲਿਆ ਮਾਂ ਨੇ ਵੀ ਮਿਹਨਤ ਕੀਤੀ ਪਿਤਾ ਨੇ ਵੀ ਮਿਹਨਤ ਕੀਤੀ ਟੀਨ এজ ਦੇ ਵਿੱਚ ਉਹਦੇ ਅੰਦਰ ਗੁਰੂ ਵਿਰਸੇ ਦਾ ਗਿਆਨ ਸਿੰਜ ਦਿੱਤਾ ਚਾਹੇ ਮਾਪਿਆਂ ਵੱਲੋਂ ਸਿੰਜਿਆ ਗਿਆ ਚਾਹੇ ਗੁਰਮਤ ਕਲਾਸਾਂ ਵੱਲੋਂ ਚਾਹੇ ਗੁਰਮਤ ਕੈਂਪਾਂ ਵਿੱਚੋਂ ਉਹਦੇ ਜਿਸ ਤਰ੍ਹਾਂ ਦੇ ਉਹ ਕਲਚਰ ਵਿੱਚ ਗਰੋਅ ਅਪ ਹੋਇਆ ਉਹਦੇ ਅੰਦਰ ਵਿਰਸੇ ਦਾ ਗਿਆਨ ਸਿੰਜਿਆ ਗਿਆ ਹੁਣ ਮਾਪਿਆਂ ਨੂੰ ਇੱਕ ਵਿਸ਼ਵਾਸ ਹੈ ਕਿ ਮੇਰਾ ਬੱਚਾ ਜਿੱਥੇ ਵੀ ਜਾਂਦਾ ਹੈ ਨਸ਼ਾ ਕਰਨ ਨਾਲ ਤਾਂ ਦੂਰ ਦੀ ਗੱਲ ਹੈ ਉਹ ਪਤਾ ਨਹੀਂ ਕਿਤਨਾਕ ਨੂੰ ਨਸ਼ਾ ਛਡਾ ਦੇਗਾ ਕੋਈ। ਜੇ ਮਾਪਿਆਂ ਦੇ ਅੰਦਰ ਬੱਚੇ ਨੂੰ ਦੇਖ ਕੇ ਇਹ ਡਰ ਚੱਕਿਆ ਜਾਂਦਾ ਹੈ ਉਹਦੇ ਆਪਣੇ ਜੀਵਨ ਵਿੱਚ ਵੀ ਹੁੰਦਾ ਹੈ ਕਿ ਮੇਰਾ ਜੀਵਨ ਲੋਕਾਂ ਨੂੰ ਨਸ਼ਾ ਛਡਾ ਸਕਦਾ ਹੈ ਨਸ਼ਾ ਕਰ ਨਹੀਂ ਸਕਦਾ ਕੋਈ। ਕੋ ਸੰਗ ਵਿੱਚ ਨਹੀਂ ਜਾਏਗਾ ਕੋ ਸੰਗ ਤੋਂ ਛਡਾ ਦੇਗਾ। ਇਸ ਕਨਸੈਪਟ ਦੇ ਨਾਲ ਮੇਲ ਕੇ ਇਸ ਨੂੰ ਸਮਝਣਾ ਨਾ ਹੀ ਜਮ ਤਰਾਸਾ ਬੇਕਾਰਾ ਰੂਪੀ ਜਮਾ ਦਾ ਕੁਸਾਂਗੇ ਦਾ ਪ੍ਰਭਾਵ ਉਹਦਾ ਡਰ ਨਹੀਂ ਰਹਿੰਦਾ ਜਿੱਥੇ ਜਮ ਸ਼ਬਦ ਆਉਂਦਾ ਹੈ ਜਮਦੂਤ ਸ਼ਬਦ ਆਉਂਦਾ ਹੈ ਅਸੀਂ ਗੁਰਮਤਿ ਦੀ ਵਿਆਖਿਆ ਸਮਝਣੀ ਹੈ ਇਹ ਜਿਉਂਦੇ ਜੀਵ ਦੀਆਂ ਖੇਡਾਂ ਚੱਲ ਰਹੀਆਂ ਨੇ ਇਹਨੂੰ ਮਰਨ ਤੋਂ ਬਾਅਦ ਮੇਲ ਕੇ ਅਰਥ ਨਾ ਸਿੱਖਣੇ ਅਗਰ ਕਿਸੇ ਨੇ ਉਸ ਤਰ੍ਹਾਂ ਅਰਥ ਕੀਤੇ ਹੋਏ ਨੇ ਇਹ ਤੁਹਾਡੀ ਮਰਜ਼ੀ ਹੈ ਇੱਕ ਪਾਸੇ ਉਹ ਅਰਥ ਨੇ ਜਿਹੜੇ ਮੌਤ ਤੋਂ ਬਾਅਦ ਜਮਦੂਤਾਂ ਦੀ ਗੱਲ ਕਰਦੇ ਨੇ ਇੱਕ ਪਾਸੇ ਉਹ ਵਿਚਾਰ ਹੈ ਜਿਹੜੀ ਜਿਉਂਦੇ ਜੀਵ ਬਕਾਰਾਂ ਰੂਪੀ ਜਮਦੂਤਾਂ ਤੋਂ ਬਚਾਉਂਦੀ ਹੈ ਇਹ ਤੁਸੀਂ ਦੇਖਣਾ ਹੈ ਇਹਨਾਂ ਚੋਂ ਕੰਸਟਰਕਟਿਵ ਕਿਹੜੀ ਹੈ ਤੁਹਾਡੀ ਲਾਈਫ ਨਾਲ ਰਿਲੇਵੈਂਟ ਕਿਹੜੀ ਹੈ ਇਸ ਲਈ ਕੋਸ਼ਿਸ਼ करिए ਗੁਰਬਾਣੀ ਨੂੰ ਆਪਣੀ ਜ਼ਿੰਦਗੀ ਨਾਲ ਰਿਲੇਟ ਕਰਕੇ ਸਮਝੀਏ ਰੱਬ ਕੈ ਸਿਮਰਨ ਪੂਰਨ ਆਸਾ ਗੁਰਬਾਣੀ ਸੰਦੀ ਤ੍ਰਿਸ਼ਨਾ ਨੂੰ ਵਧਾਵੇਗੀ ਨਹੀਂ ਖਤਮ ਕਰੇਗੀ ਗੁਰਬਾਣੀ ਸਾਨੂੰ ਦੁਨਿਆਵੀ ਖਿੱਚ ਵਿੱਚ ਉਲਝਣ ਤੋਂ ਬਚਾਵੇਗੀ ਉਲਝਣ 'ਚ ਨਹੀਂ ਪਾਏਗੀ ਇਸ ਲਈ ਪੂਰਨ ਆਸਾ ਦਾ ਅਰਥ ਇਹ ਨਹੀਂ ਹੈ ਕਿ ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਫਿਰ ਤਾਂ ਤ੍ਰਿਸ਼ਨਾ ਬਲ ਤੁਰਪਿਆ ਇਥੇ ਪੂਰਨ ਆਸਾ ਦਾ ਅਰਥ ਹੈ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਨਾਲ ਦੁਨਿਆਵੀ ਇੱਛਾਵਾਂ ਹੀ ਖਤਮ ਹੋ ਜਾਂਦੀਆਂ ਨੇ ਆਖੋ ਵਾਹਿਗੁਰੂ ਕਿਉਂਕਿ ਗੁਰਮਤ ਦੇ ਅਸਲੀ ਮਾਰਗ ਦੀ ਪਿਆਸ ਜਗਦੀ ਹੈ ਇਹਦੀ ਸਮਝ ਲੱਗ ਜਾਂਦੀ ਹੈ ਤੇ ਅਸਲੀ ਮਾਰਗ ਦੀ ਇੰਪੋਰਟੈਂਸ ਮਹੱਤਤਾ ਸਮਝ ਆ ਜਾਂਦੀ ਹੈ ਰੱਬ ਕੈ ਸਿਮਰਨ ਮਨ ਕੀ ਮਲ ਜਾਏ ਮਨ ਨੂੰ ਲੱਗੀਆਂ ਹੋਈਆਂ ਬੁਰੀਆਂ ਆਦਤਾਂ ਅੰਦਰ ਉੱਠਦੇ ਬੁਰੇ ਵਿਚਾਰ ਬੁਰੇ ਪਾਸੇ ਦੀ ਖਿੱਚ ਇਹ ਮੈਲ ਹੈ ਇਹ ਉਤਰ ਜਾਂਦੀ ਹੈ ਜੇ ਵਾਹਿਗੁਰੂ ਜੀ ਦੀ ਮਿੱਠੀ-ਮਿੱਠੀ ਯਾਦ ਦਾ ਸਿਮਰਨ ਰਸ ਹਰ ਵੇਲੇ ਬਣਿਆ ਰਵੇ ਮੈਂ ਫਿਰ ਦੁਹਰਾ ਦਿਆਂ ਇਹ ਹੁਣ ਤੁਹਾਡੇ ਤੇ ਨਿਰਪਰ ਕਰਦਾ ਹੈ ਤੁਸੀਂ ਜੋ ਵੀ ਅਭਿਆਸ ਕਰ ਰਹੇ ਹੋ ਜੋ ਵੀ ਧਰਮ ਦੇ ਕੰਮ ਕਰ ਰਹੇ ਹੋ ਉਹਦਾ ਟਾਰਗੇਟ ਇਹ ਹੈ ਵਿਸਨ ਇਹ ਫਾਲੇ ਲੱਗਣਾ ਚਾਹੀਦਾ ਹੈ ਕਿ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾਖੋ ਵਾਹਿਗੁਰੂ ਅੰਮ੍ਰਿਤ ਨਾਮ ਰਿਤਮਾ ਹੈ ਸਮਾਏ ਉਹ ਜੋ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾਮ ਦਾ ਗਿਆਨ ਹੈ ਸਾ ਗੁਰੂ ਦੇ ਉਪਦੇਸ਼ ਨੇ ਜੋ ਰੱਬੀ ਉਪਦੇਸ਼ ਹੈ ਜਿਹੰਦਾ ਹਿੱਸਾ ਰੱਬ ਦੀ ਯਾਦ ਪੈ ਪਾਵਨੀ ਸ਼ੁਕਰਾਨਾ ਹਿਰਦੇ ਵਿੱਚ ਬਸ ਜਾਂਦੇ ਉਹਦੀ ਨਿਸ਼ਾਨੀ ਕੀ ਹੈ ਜਿਸ ਹਿਰਦੇ ਵਿੱਚ ਇੱਕ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵੱਸਦਾ ਹੈ ਨਾ ਉਹਦੀ ਨਿਸ਼ਾਨੀ ਹੈ ਪ੍ਰਭ ਜੀ ਵੱਸੈ ਸਾਧਕੀ ਰਸਨਾ ਉਹਨਾਂ ਦਾ ਸੁਭਾਉ ਉਹਨਾਂ ਦੀ ਸੋਚ ਸਾਧੂ ਸੁਭਾਉ ਸਾਧੂ ਸੋਚ ਹੁੰਦੀ ਹੈ ਪਾਪ ਗੁਰੂ ਮਤ ਅਨਸਾਰ ਹੁੰਦੀ ਹੈ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਜੀ ਵਸਦੇ ਨੇ ਭਾਵ ਉਹਨਾਂ ਦੀ ਜੋ ਜ਼ਬਾਨ ਤੋਂ ਬੋਲ ਨਿਕਲਦੇ ਨੇ ਉਹਨਾਂ ਬੋਲਾਂ ਦੇ ਨਾਲ ਪਤਾ ਨਹੀਂ ਕਿਤਨੇ ਕਿਤੇ ਅੰਦਰ ਗੁਰੂ ਦੇ ਮਾਰਗ ਦਾ ਰੱਬ ਦੇ ਮਾਰਗ ਦਾ ਪਿਆਰ ਜਾਗਦਾ ਹੈ ਜਜ਼ਬਾ ਜਾਗਦਾ ਹੈ ਲਗਨ ਜਾਗਦੀ ਹੈ ਉਹ ਬੋਲ ਪ੍ਰਚਾਰ ਹੁੰਦੇ ਨੇ ਉਹ ਬੋਲ ਦੂਜਿਆਂ ਲਈ ਹਲੂਣਾ ਹੁੰਦੇ ਨੇ ਉਹ ਬੋਲ ਪਤਾ ਨਹੀਂ ਕਿਤਨੇ ਕਿਤੇ ਜੀਵਨ ਨੂੰ ਸੁਧਾਰ ਦਿੰਦੇ ਨੇ ਆਖੋ ਵਾਹਿਗੁਰੂ ਹਰ ਗੁਰਸਿੱਖ ਨੇ ਇਸ ਤਰ੍ਹਾਂ ਦਾ ਬਣਨਾ ਹੈ ਹਰ ਗੁਰਸਿੱਖ ਦੇ ਕੀਤੇ ਹੋਏ ਧਰਮ ਦੇ ਕਰਮ ਉਹਦਾ ਵਿਜ਼ਨ ਟਾਰਗੇਟ ਇਹ ਹੈ ਕਿ ਇਹ ਅੰਦਰ ਮਿੱਠੀ ਮਿੱਠੀ ਯਾਦ ਚੱਲੇ ਤੇ ਉਹਦੇ ਨਾਲ ਆ ਜਿਹੜੀਆਂ ਪ੍ਰਾਪਤੀਆਂ ਨੇ ਉਹ ਜੀਵਨ ਦੇ ਪ੍ਰੈਕਟੀਕਲ ਜੀਵਨ ਵਿੱਚ ਇਹ ਪ੍ਰਾਪਤੀਆਂ ਹੋ ਜਾਣ ਨਾਨਕ ਜਨਕਾ ਦਾਸਨ ਦਸਨਾ ਇਹ ਨਾਨਕ ਜੀ ਦਾਸਾਂ ਦਾ ਦਾਸ ਬਣਨਾ ਅੰਦਰ ਇੱਛਾ ਹੋਵੇ ਦਾ ਸੰਦਾ ਦਾਸ ਕੀ ਹੈ ਜਿਹੜੇ ਗੁਰੂ ਦੇ ਚਾਕਰ ਨੇ ਗੁਰੂ ਲਈ ਆਪਾ ਵਾਰਦੇ ਨੇ ਹਾਂਠਾਂ ਤੇ ਕੈ ਬਰਲੇ ਨੇ ਜਿਹੜੇ ਰੱਬੀ ਮਾਰਗ ਤੇ ਤੁਰਦੇ ਨੇ ਗੁਰਮਖ ਸੁਭਾਉ ਵਾਲਾ ਜੀਵਨ ਹੈ ਗੁਰਮਤ ਵਾਲੀ ਸੋਚ ਹੈ ਪਰਪਕਾਰ ਦੇ ਮਿਸ਼ਨ ਤੇ ਚੱਲਦੇ ਨੇ ਇਥੇ ਮੈਂ ਇੱਕ ਬੇਨਤੀ ਕਰਾਂ 100% ਆਪਣੇ ਅੰਦਰ ਨਜ਼ਰੀਆ ਨਾ ਬਣਾਓ 100% ਗੁਰਮਖ ਸੁਭਾਅ ਕੇਵਲ ਗੁਰੂ ਦਾ ਹੋ ਸਕਦਾ ਹੈ ਸਾਡਾ ਨਹੀਂ ਹੋ ਸਕਦਾ ਆਪਾਂ ਭੁੱਲਣ ਹਾਰਾਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ 100% ਗੁਰਮਤ ਸੋਚ ਨਹੀਂ ਬਣ ਸਕਦੀ ਯਾਦ ਰੱਖਿਓ ਇਸ ਲਈ 100% ਪੈਰਾਮੀਟਰ ਨਾਲ ਨਾ ਦੇਖਣਾ ਪਰਫੈਕਟ ਤੁਹਾਨੂੰ ਦੁਨੀਆ ਤੇ ਕੋਈ ਨਹੀਂ ਲੱਭੇਗਾ ਇਸ ਤਰੀਕੇ ਨਾਲ ਦੇਖਣਾ ਕਿ ਸੁਭਾਅ ਵਿੱਚ ਜਿਹੜੀ ਗੁਰਮਖਤਾਈ ਹੈ ਸੁਭਾਅ ਵਿੱਚ ਗੁਰਮਤ ਸੋਚ ਹੈ ਉਹ ਬਹੁਤ ਗੁਰੂ ਕੇ ਗੁਰਸਿੱਖਾਂ ਚੋਂ ਮਿਲ ਜਾਏਗੀ ਆਖੋ ਵਾਹਿਗੁਰੂ ਫਿਰ ਉਹਨਾਂ ਦੇ ਗੁਣਾਂ ਨੂੰ ਦੇਖਣਾ ਫਿਰ ਵੀ ਦੇਖਣਾ ਕਿ ਉਹ ਆਪਣੇ ਪਰਿਵਾਰ ਲਈ ਕੀ ਕਰਦੇ ਨੇ ਉਹਨੂੰ ਛੱਡੋ ਜੇ ਪਰਿਵਾਰ ਵਿੱਚ ਗੁਰਮਤ ਗੁਰਸਿੱਖੀ ਗੁਰਬਾਣੀ ਦਾ ਮਾਹੌਲ ਬਣਾ ਕੇ ਰੱਖਿਆ ਹੈ ਤਾਂ ਸਿੱਖੋ ਉਹਨਾਂ ਦੀ ਜ਼ਿੰਦਗੀ ਦੇ ਤਸਰਬਿਆਂ ਤੋਂ ਉਹਨਾਂ ਦੇ ਗੁਣਾਂ ਤੋਂ ਫਿਰ ਜੇ ਕੌਮ ਦੇ ਲਈ ਪਰਪਕਾਰ ਕਰਦੇ ਨੇ ਸਮਾਜ ਦੇ ਲਈ ਕਰਦੇ ਨੇ ਉਹਨਾਂ ਦੇ ਜਜ਼ਬੇ ਤੋਂ ਲਗਨ ਤੋਂ ਸਿੱਖ ਕੇ ਉਹਨਾਂ ਦੇ ਨਾਲ ਇੱਕ ਤੇ ਪਿਆਰ ਸਤਕਾਰ ਵਾਲਾ ਬਿਹੇਵੀਅਰ ਕਰਨਾ ਬਿਹੇਵ ਕਰਨਾ ਵਰਤਮ ਵਿਵਹਾਰ ਪਿਆਰ ਤੇ ਸਤਕਾਰ ਵਾਲਾ ਦੂਸਰਾ ਉਹਨਾਂ ਦੇ ਗੁਣਾਂ ਦਾ ਪ੍ਰਭਾਵ ਸਾਡੇ ਮਨ ਤੇ ਪੈ ਜਾਵੇ ਸਾਡਾ ਮਨ ਵੀ ਉਹਨਾਂ ਗੁਣਾਂ ਨੂੰ ਗ੍ਰਹਿਣ ਕਰੇ ਇਹਨੂੰ ਕਹਿੰਦੇ ਨੇ ਦਾਸਾਂ ਦਾ ਦਾਸ ਬਣਨਾ ਸਤਗੁਰੂ ਜੀ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ ਅਗਰ ਇਹ ਭਾਵਨਾ ਹੋਏਗੀ ਦਾਸਨ ਦਾਸ ਬਣਨ ਦੀ ਤਾਂ ਫਿਰ ਉਹ ਜਨ ਬਣ ਸਕਦਾ ਹੈ ਚਾਕਰ ਬਣ ਸਕਦਾ ਹੈ ਗੁਰੂ ਦਾ ਵਾਹਿਗੁਰੂ ਜੀ ਦਾ ਚੱਕਰ ਰਬ ਕੋ ਸਿਮਰਹਿ ਸੇ ਤਨਵੰਤੇ ਜਿਨ੍ਹਾਂ ਦੇ ਅੰਦਰ ਪਰਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਚਲਦੀ ਹੈ ਉਹ ਅਸਲੀ ਅਮੀਰ ਨੇ ਤਨਵੰਤੇ ਦੁਨੀਆ ਅਮੀਰ ਬਣਨਾ ਚਾਹੁੰਦੀ ਹੈ ਅੰਦਰ ਤ੍ਰਿਸ਼ਨਾ ਦੀ ਭੁੱਖ ਜਾਗ ਪੈਂਦੀ ਹੈ ਮੇਰੇ ਕੋਲ ਬਹੁਤ ਸਾਰਾ ਪੈਸਾ ਬਹੁਤ ਸਾਰੀ ਪ੍ਰਾਪਰਟੀ ਹੋਵੇ ਉਹ ਜਿੰਨੀ ਪ੍ਰਾਪਰਟੀ ਜਿੰਨਾ ਪੈਸਾ ਕਮਾਏਗਾ ਉਹਨੀ ਉਲਝਣ ਤਾਣੀ ਵਧਾ ਲਏਗਾ। ਉਹਨੀਆਂ ਕਰਜ਼ੇ ਦੀ ਪੰਡ ਭਾਰੀ ਕਰ ਲਏਗਾ। ਉਹ ਉਹਨਾ ਉਹ ਇਤਨਾ ਉਲਝ ਜਾਏਗਾ ਇਤਨਾ ਉਲਝ ਜਾਏਗਾ ਨਾ ਉਹਦੇ ਕੋਲੇ ਬੱਚਿਆਂ ਲਈ ਟਾਈਮ ਨਾ ਪਰਿਵਾਰ ਲਈ ਟਾਈਮ ਕੰਮ ਲਈ ਸਮਾਜ ਲਈ ਤਾਂ ਉਹ ਦੂਰ ਦੀ ਬਾਤ ਆਖੂਗਾ। ਸਤਿਗੁਰੂ ਕਹਿੰਦੇ ਇਹ ਅਮੀਰੀ ਨਹੀਂ ਹੈ। ਇਸ ਤਰ੍ਹਾਂ ਦੀ ਅਮੀਰੀ ਨਹੀਂ ਹੈ। ਅਸਲੀ ਅਮੀਰੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਮਿੱਠੀ ਮਿੱਠੀ ਯਾਦ ਅੰਦਰ ਚੱਲਦੀ ਹੈ ਤਾਂ ਉਹਨਾਂ ਦੇ ਅੰਦਰ ਗੁਣ ਨੇ। ਲਗਨ ਹੈ ਜਜ਼ਬਾ ਹੈ ਭਾਵਨਾਮਾਂ ਨੇ ਉਹ ਸੱਚੀਆਂ ਸੁੱਚੀਆਂ ਭਾਵਨਾਮਾਂ ਉਹਨਾਂ ਦੇ ਸੱਚੇ ਸੁੱਚੇ ਨਿਸ਼ਾਨੇ ਉਹਨਾਂ ਦੀ ਜ਼ਿੰਦਗੀ ਦੇ ਗੁਣ ਜ਼ਿੰਦਗੀ ਦੇ ਪਰਪਕਾਰੀ ਕਰਮ ਉਹ ਉਹਨਾਂ ਦੀ ਅਮੀਰੀ ਹੈ ਖ ਵਾਇ ਪਤਾ ਕਿਉਂ ਅਮੀਰੀ ਹੈ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ ਰਬ ਕੋ ਸਿਮਰੈ ਸੇ ਪਤਵੰਤੇ ਉਹ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਣ ਕਰਕੇ ਉਹਨਾਂ ਦੇ ਅੰਦਰ ਪਤਵੰਤੇ ਅਖਰੀ ਅਰਥ ਬਣਦੇ ਨੇ ਇੱਜ਼ਤਦਾਰ ਹਰੇ ਤੇ ਰੱਬ ਦੀਆਂ ਨਜ਼ਰਾਂ ਚ ਪਤਵੰਤਾ ਉਹ ਹੁੰਦਾ ਹੈ ਜਿਹਦੇ ਕੋਲੇ ਬਖਸ਼ਿਸ਼ ਹੈ ਖੋਆਇਕੋ ਕਿਉਂਕਿ ਜ਼ਿੰਦਗੀ ਦੇ ਬਹੁਤ ਐਸੇ ਕਰਮ ਨੇ ਜਿਹੜੇ ਬਖਸ਼ਿਸ਼ ਤੋਂ ਬਿਨਾ ਕਤਹੀ ਨਹੀਂ ਹੋ ਸਕਦੇ ਨਾ ਪੈਸੇ ਕਰਕੇ ਹੋਣ ਨਾ ਅਮੀਰੀ ਕਰਕੇ ਹੋਣ ਨਾ ਉਹ ਪ੍ਰੋਪਰਟੀ ਕਰਕੇ ਹੋਣ ਨਾ ਉਹ ਫੈਸਿਲਿਟੀ ਲਗਜ਼ਰੀ ਕਰਕੇ ਹੋਣ ਪਤਾ ਜੀ ਕਿਉਂ ਕਿ ਕਿਉਂਕਿ ਉਹਨਾਂ ਕਮਾਣ ਲਈ ਜਜ਼ਬਾ ਜਨੂਨ ਚਾਹੀਦਾ ਹੈ ਉਹ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲ ਸਕਦਾ ਜਿਨ੍ਹਾਂ ਕੋਲੇ ਹੈ ਉਹਨਾਂ ਕੋਲੇ ਬਖਸ਼ਿਸ਼ ਹੈ ਖੋ ਵਾਇਗ੍ਰੂ। ਬਤਵੰਤੇ ਦੀ ਆ ਡੈਫੀਨੇਸ਼ਨ। ਪ੍ਰਵਕ ਸਿਮਰਹਿ ਸੇਜਨ ਪਰਵਾਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ। ਜਾਣ ਹੁੰਦਾ ਸੇਵਕ ਚਾਕਰ ਉਹ ਗੁਰੂ ਦੀ ਨਜ਼ਰ ਦੇ ਵਿੱਚ ਗੁਰੂ ਦੇ ਚਾਕਰ ਬਣ ਕੇ ਆਪਾ ਵਾਰਦੇ ਨੇ ਔਰ ਸਫਲ ਹੁੰਦੇ ਨੇ ਆਖੋ ਵਾਇਗ੍ਰੂ। ਪਰਵਾਨ ਦੇ ਅਰਥਾ ਸਫਲ ਹੋਣਾ। ਉਮਨੁ ਕਿਤਾ ਦੇ ਲਈ ਪਰਪਕਾਰੀ ਮਿਸ਼ਨ ਤੇ ਤੁਰਦੇ ਨੇ ਰੱਬ ਦੇ ਚਾਕਰ ਬਣ ਕੇ ਰੱਬ ਲਈ ਆਪਾ ਵਾਰਦੇ ਨੇ ਪਰ ਪਰਬਾਨ ਹੁੰਦੇ ਨੇ ਸਫਲ ਹੋ ਜਾਂਦੇ ਨੇ ਆਪਾ ਪਰ ਆਪਕ ਸਿਮਰਹਿ ਸੇ ਪੁਰਖ ਪ੍ਰਧਾਨ ਜਿਹੜੇ ਵਾਗੀ ਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜੀ ਹੁੰਦੇ ਨੇ ਨਾ ਉਹ ਪ੍ਰਧਾਨ ਦੇ ਅਰਥ ਹੈ ਉਹ ਆਈਡੀਅਲ ਹੁੰਦੇ ਨੇ ਆਈਕਨ ਹੁੰਦੇ ਨੇ ਆਦਰਸ਼ ਹੁੰਦੇ ਨੇ ਦੂਸਰਿਆਂ ਨੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਦੀ ਲਗਨ ਜਜ਼ਬੇ ਨੂੰ ਦੇਖ ਕੇ ਮਾਪੇ ਕਹਿੰਦੇ ਨੇ ਮੇਰਾ ਪੁੱਤ ਵੀ ਇਹਦੇ ਵਰਗਾ ਬਣੇ ਵੱਡਾ ਹੋ ਕੇ ਆਖੋ ਵਾਈਰ ਉਹਨਾਂ ਦੇ ਜੀਵਨ ਤੋਂ ਦੁਨੀਆ ਪ੍ਰਭਾਵਿਤ ਹੁੰਦੀ ਹੈ ਉਹਨਾਂ ਦੇ ਜੀਵਨ ਤੋਂ ਦੁਨੀਆ ਸਿੱਖਦੀ ਹੈ ਉਹ ਦੁਨੀਆ ਤੇ ਆਦਰਸ਼ ਜੀਵਨ ਵਾਲੇ ਹੁੰਦੇ ਨੇ ਆਈਕਨ ਹੁੰਦੇ ਨੇ ਰਬ ਕੋ ਸਿਮਰਹਿ ਸੇ ਬੇਮਹਤਾਜੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਾਸ ਹੁੰਦਾ ਹੈ ਉਹ ਬੇਮਹਤਾਜ ਹੁੰਦੇ ਨੇ ਉਹ ਅਣ ਹੋਈ ਕਿਸੇ ਦੀ ਗੁਲਾਮੀ ਨਹੀਂ ਕਰਦੇ ਆਖੋ ਵਾਹਿਗੁਰੂ ਉਹ ਚਾਪਲੂਸੀਆਂ ਕਰਕੇ ਕੰਮ ਨਹੀਂ ਕਰਦੇ ਬੇਮਹਤਾਜ ਹੁੰਦੇ ਨੇ ਜਿਨ੍ਹਾਂ ਨੂੰ ਬੇਮਹਤਾਜੀਦਾਨੀ ਨੇ ਪਤਾ ਸ਼ਾਇਦ ਉਹ ਇਸ ਨੂੰ ਆਕੜ ਸਮਝਦੇ ਨੇ ਉਹ ਲੋਕ ਜਿਹੜੇ ਮਨਮੁਖ ਹੁੰਦੇ ਨੇ ਉਹ ਮਨਮੁਖ ਜਿਹੜਾ ਬੇਮੁਹਤਾਜ ਗੁਰਸਿੱਖ ਰਹੇਗਾ ਉਸ ਗੁਰਸਿੱਖ ਨੂੰ ਫਿਰ ਮਨਮੁਖ ਕਹਿੰਦਾ ਇਹਦੇ ਅੰਦਰ ਹੰਕਾਰ ਹੈ ਹੰਕਾਰ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਗੁਰੂ ਤੇ ਸਿੱਧਕ ਭਰੋਸਾ ਵਿਸ਼ਵਾਸ ਹੁੰਦਾ ਹੈ ਉਹ ਸਿਧਾਂਤਾਂ ਨਾਲ ਸਮਝੌਤੇ ਕਰਕੇ ਕਿਸੇ ਦੀ ਗੁਲਾਮੀ ਨਹੀਂ ਕਰਦੇ ਉਹ ਪੈਸੇ ਨਾਲ ਪੈਸੇ ਕਮਾਉਣ ਦੇ ਲਈ ਦੁਨੀਆ ਦੀਆਂ ਪ੍ਰਾਪਤੀਆਂ ਦੇ ਲਈ ਉਹ ਕਦੀ ਆਪਣੇ ਪ੍ਰਿੰਸੀਪਲ ਦੀ ਆਪਣੇ ਗੁਰੂ ਦੇ ਦਿੱਤੇ ਸਿਧਾਂਤਾਂ ਦੀ ਨਾਲ ਸਮਝੌਤਾ ਨਹੀਂ ਕਰਦੇ ਉਹ ਗੁਰੂ ਦੇ ਸਿਧਾਂਤਾਂ ਦੇ ਲਈ ਆਪਾਂ ਵਾਰ ਦਿੰਦੇ ਨੇ ਆਖੋ ਵਾਹਿਗੁਰੂ ਰਬ ਕਹ ਸਿਮਰਹਿ ਸੇ ਸਰਬ ਕੇ ਰਾਜੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਮਿੱਠੀ ਮਿੱਠੀ ਯਾਦ ਚੱਲਦੀ ਹੈ ਨੇ ਅਖਰੀ ਅਰਥ ਬੰਦੇ ਸਾਰਿਆਂ ਦੇ ਬਾਦਸ਼ਾਹ ਹੁੰਦੇ ਨੇ ਰਾਜੇ ਪਰ ਇਹਦੀ ਰਮਜ਼ ਨੂੰ ਸਮਝਿਓ ਉਹ ਰਾਜੇ ਹੁੰਦੇ ਨੇ ਜਿਹੜੇ ਜਪਜੀ ਸਾਹਿਬ ਚ ਦੱਸਿਆ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਹਾ ਜੀ ਬਾਹਵ ਦੁਨੀਆਂ ਦੇ ਰਾਜਿਆਂ ਤੋਂ ਵੀ ਉੱਤਮ ਕੀਮਤੀ ਜੀਵਨ ਹੁੰਦਾ ਉਹਨਾਂ ਦਾ ਖੁਆਇ ਰਬ ਕੋ ਸਿਮਰਹਿ ਸੇ ਸੁਖਵਾਸੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਰਸ ਹਰ ਵੇਲੇ ਅੰਦਰ ਹੈ ਉਹ ਆਤਮਿਕ ਸੁਖ ਵਿੱਚ ਜੀਵਨ ਜਿਉਂਦੇ ਨੇ ਆਤਮਿਕ ਸੁਖ ਦੇ ਨਿਵਾਸੀ ਹੁੰਦੇ ਨੇ ਆਤਮਿਕ ਸੁਖ ਦਾ ਰਸ ਮਾਣਦੇ ਨੇ ਰਬ ਕੋ ਸਿਮਰਹਿ ਸਦਾ ਅਬਿਨਾਸ਼ੀ ਵਾਇਗਰੂ ਜੀ ਦੇ ਸਿਮਰਨ ਰਾਸ ਨਾਲ ਵਿਨਾਸ਼ੀ ਦੇ ਅਰਥ ਹੈ ਆਤਮਿਕ ਜੀਵਨ ਹੁੰਦਾ ਉਹਨਾਂ ਦੇ ਅੰਦਰ ਜਿਹੜਾ ਕਦੀ ਨਾਸ਼ੀ ਨਹੀਂ ਹੁੰਦਾ ਮਰਦਾ ਨਹੀਂ ਬਿਗਨ ਆਉਂਦੇ ਨਹੀਂ ਰੁਕਾਵਟਾਂ ਹੁੰਦੀਆਂ ਨੇ ਮੁਸ਼ਕਿਲਾਂ ਹੁੰਦੀਆਂ ਨੇ ਉਹਨਾਂ ਦੇ ਅੰਦਰ ਜਜ਼ਬਾਨੀ ਮਰਦਾ ਖੋ ਵਾਇਗਰੂ ਦੁਨੀਆ ਤੇ ਪਰਖ ਲੈਣਾ ਸਮਾਜ ਦੀ ਰਿਸਰਚ ਕਰਨੀ ਬਹੁਤ ਲੋਕ ਐਸੇ ਨੇ ਤੁਰਦੇ ਨੇ ਛੋਟਾ ਜਿਹਾ ਬਿਗਨ ਹੁੰਦਾ ਰੁਕਾਵਟਾਂ ਹੁੰਦੀਆਂ ਨੇ ਜਜ਼ਬਾ ਮਰ ਜਾਂਦਾ ਉਹਨਾਂ ਦੇ ਅੰਦਰ ਉਹ ਜਜ਼ਬੇ ਦੇ ਵਿੱਚ 2 ਦਿਨ 4 ਦਿਨ 4 ਹਫਤੇ 4 ਮਹੀਨੇ 4 ਸਾਲ ਤੁਰਦੇ ਨੇ ਇਦਾਂ ਲੱਗਦੇ ਪਤਾ ਨਹੀਂ ਕੀ ਕਰ ਦੇਗਾ ਮੁੜ ਕੇ ਛੱਡੀ ਜਾਂਦੇ ਨੇ ਆਖੋ ਆਏ ਜਜ਼ਬਾ ਮਰ ਗਿਆ ਅੰਦਰ ਕਿਉਂ ਅਲੇ ਅੰਦਰ ਕੱਚਾ ਹੈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿੱਟੀ ਮਿੱਟੀ ਯਾਦ ਦਾ ਸਿਮਰਨ ਰਸ ਹੁੰਦਾ ਹੈ ਸਦਾ ਬਿਨਾਸ਼ੀ ਉਹਨਾਂ ਦੇ ਅੰਦਰ ਕਦੀ ਲਗਨ ਨਹੀਂ ਮਰਦੀ ਉਹਨਾਂ ਦੇ ਅੰਦਰ ਕਦੀ ਜਜ਼ਬਾ ਨਹੀਂ ਮਰਦਾ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਨੇ ਇੱਕ ਜਨੂਨ ਪੈਦਾ ਕੀਤਾ ਹੈ ਅੱਪਾ ਵਾਰਨ ਦੀ ਭਾਵਨਾ ਉਹ ਮਰਦੀ ਨਹੀਂ ਹੈ ਅਬਿਨਾਸੀ ਸਿਮਰਨ ਤੇ ਲਾਗੇ ਜਨਾਬ ਦਿਆਲਾ ਉਹ ਬਖਸ਼ਿਸ਼ ਦੇ ਪਾਤਰ ਹੁੰਦੇ ਨੇ ਵਾਹਿਗੁਰੂ ਜੀ ਨੇ ਉਹਨਾਂ ਤੇ ਦਇਆ ਕੀਤੀ ਹੁੰਦੀ ਹੈ ਗੁਰੂ ਸਹਿਬ ਨੇ ਉਹਨਾਂ ਤੇ ਤਰਸ ਕੀਤਾ ਹੁੰਦਾ ਤਾਂ ਇਹ ਦਾਤਾ ਮਿਲਦੀਆਂ ਨੇ ਐਸਾ ਜੀਵਨ ਹੀ ਵਾਹਿਗੁਰੂ ਜੀ ਦੇ ਸਿਮਰਨ ਰਸ ਹਰ ਵੇਲੇ ਮਾਨਣ ਵਾਲੇ ਪਾਸੇ ਲੱਗਦੇ ਨੇ ਆਖੋ ਵਾਹਿਗੁਰੂ ਨਾਨਕ ਜਨ ਕੀ ਮੰਗੈ ਰਵਾਲਾ ਹੈ ਨਾਨਕ ਜੀ ਜਿਹੜੇ ਐਸੇ ਗੁਰੂ ਦੇ ਰੱਬ ਦੇ ਚਾਕਰ ਨੇ ਨਾ ਜਨ ਜਨ ਹੁੰਦਾ ਚਾਕਰ ਆਪਣੇ ਗੁਰੂ ਲਈ ਆਪਣੇ ਵਾਹਿਗੁਰੂ ਜੀ ਲਈ ਆਪਾ ਵਾਰਨ ਵਾਲੇ ਉਹਨਾਂ ਦੀ ਚਰਨ ਧੂੜੀ ਮੰਗਦਾ ਹਾਂ ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਵਰਤਦੇ ਨੇ ਇਹਨੂੰ ਆਪਣੇ ਅੰਦਰ ਵਸਾ ਲਓ ਇਸ ਗੱਲ ਨੂੰ ਜਿੱਥੇ ਚਰਨ ਧੂੜੀ ਦੀ ਗੱਲ ਹੈ ਉਹਦਾ ਮਤਲਬ ਨਕਸ਼ੇ ਕਦਮਾਂ ਤੇ ਚੱਲਣਾ ਉਹਨਾਂ ਦੇ ਚੰਗੇ ਗੁਣ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵੀ ਉਹੇ ਜਿਹਾ ਬਣਨ ਦੀ ਭਾਵਨਾ ਪੈਦਾ ਕਰਨੀ ਤੇ ਉਹ ਜਦੋਂ ਅੰਦਰ ਉਹਦਾ ਪ੍ਰਭਾਵ ਬਣਦਾ ਉਹਨੂੰ ਕਹਿੰਦੇ ਨੇ ਚਰਨ ਤੂੜੀ ਮਿਲ ਜਾਣੀ ਆਖੋ ਵਾਹਿਗੁਰੂ ਪ੍ਰਭ ਕਉ ਸਿਮਰਹਿ ਸੇ ਪਰਪਕਾਰੀ ਆ ਜੀਵਨ ਦੀ ਵੀ ਆਖਿਆ ਸਾਹਮਣੇ ਆ ਗਈ ਕੁ ਸਵੇਰ ਵੇਲੇ ਬੰਦਗੀ ਕਰਦਾ ਕਿੰਨਾ ਚਿਰ ਕਰਦਾ ਹੈ ਇਸੇ ਜੇ ਪ੍ਰੈਕਟਿਸ ਉਹ ਅਭਿਆਸ ਹੈ ਕੋਈ ਨਿਤਨੇਮ ਕਰਦਾ ਹੈ ਕਿੰਨਾ ਕਰਦਾ ਹੈ ਕਿਵੇਂ ਕਰਦਾ ਹੈ ਪ੍ਰੈਕਟਿਸ ਸਹਿਜ ਪਾਠ ਕਰਦਾ ਹੈ ਅਰਥਾਂ ਸਮੇਤ ਸਹਿਜ ਪਾਠ ਕਰਦਾ ਹੈ ਕਿੰਨਾ ਕਰਦਾ ਹੈ ਕਦੋਂ ਕਰਦਾ ਹੈ ਕਿਵੇਂ ਕਰਦਾ ਹੈ ਪ੍ਰੈਕਟਿਸ ਹੈ ਕੋਈ ਸੰਗਤ ਕਰਦਾ ਹੈ ਕੋਈ ਸੇਵਾ ਕਰਦਾ ਹੈ ਇਹ ਪ੍ਰੈਕਟਿਸ ਹੈ ਪਰਸਨਲ ਮੈਟਰ ਹੈ ਕੌਣ ਕਿਵੇਂ ਕਰਦਾ ਹੈ ਬਖ ਬਖ ਤਰੀਕੇ ਹੋ ਸਕਦੇ ਨੇ ਪਰ ਕਿਸ ਲਈ ਕਰ ਰਿਹਾ ਹੈ ਕੋ ਟਾਰਗੇਟ ਕੀ ਹੈ ਪਰਪਸ ਕੀ ਹੈ ਵਿਜ਼ਨ ਕੀ ਹੈ ਉਹ ਵਿਜ਼ਨ ਹੈ ਕਿ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਹਰ ਵੇਲੇ ਅੰਦਰ ਹੋਵੇ ਪਹਿ ਪਾਵਨੀ ਹੋਵੇ ਸ਼ੁਕਰਾਨਾ ਹੋਵੇ ਉਹਦੇ ਨਿਜ਼ਮ ਨੂੰ ਫੋਲੋ ਕਰਕੇ ਜੀਵਨ ਜਿਉਣ ਦੀ ਯੋਗਤ ਹੋਵੇ ਹਰ ਵਰਤਾਰੇ ਵਿੱਚ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਦੇਖਣਾ ਹਰ ਇੱਕ ਵਿੱਚੋਂ ਗੁਨਾ ਦੇ ਰੂਪ ਵਿੱਚ ਦੇਖਣਾ ਹਰ ਵੇਲੇ ਉਹਦੇ ਨਿਜ਼ਮ ਨੂੰ ਸਮਝਣਾ ਉਹਨੂੰ ਫੋਲੋ ਕਰਨਾ ਉਹਦੀ ਨਿਸ਼ਾਨੀ ਜਿੰਨੀ ਜਿੰਨੀ ਪ੍ਰਾਪਤੀ ਹੋ ਗਈ ਉਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੱਖ ਕੀ ਹੋਏਗਾ ਸੇ ਪਰਉਪਕਾਰੀ ਉਹ ਪਰਉਪਕਾਰੀ ਹੋਣਗੇ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕੀ ਕੀਤਾ ਇਹ ਤਾਂ ਤੇਰੀ ਜ਼ਿੰਦਗੀ ਨਾਲ ਸੰਬੰਧਿਤ ਹੈ ਤੇ ਗੁਰੂ ਦੀ ਕੌਮ ਲਈ ਕੀ ਕੀਤਾ ਤੇ ਸਮਾਜ ਦੇ ਲਈ ਕੀ ਕੀਤਾ ਬਸ ਆ ਨਹੀਂ ਆਣੀ ਹੈ ਉਹ ਪਰਉਪਕਾਰੀ ਹੁੰਦੇ ਨੇ ਆਖੋ ਵਾਹਿਗੁਰੂ ਰਬ ਕਾ ਸਿਮਰਹਿ ਤੇਨੇ ਸਾਦੇ ਬਲੇਹਾਰੀ ਜਿਹੜੇ ਪਰਪਕਾਰੀ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਚੱਲਦੀ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਸਦਾ ਬਲੇਹਾਰ ਜਾਂਦਾ ਰਬ ਕੋ ਸਿਮਰਹਿ ਸੇ ਮੁਖ ਸੁਹਾਵੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ ਨਾ ਉਹਨਾਂ ਦੇ ਮੁਖ ਸੋਨੇ ਹੁੰਦੇ ਨੇ ਮੁਖ ਸੋਨੇ ਦਾ ਅਰਥ ਕੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਵਿਚਾਰਾਂ ਰਾਹੀ ਉਤਸ਼ਾਹ ਬਣਦਾ ਖੁਆਈ ਰਬ ਕੋ ਸਿਮਰ ਹੈ ਤੈਨ ਸੁਖ ਬਿਹਾਵਾ ਹੈ ਵਾਹਿਗੁਰੂ ਜੀ ਦੇ ਸਿਮਰਨ ਰਸ ਵਿੱਚ ਜਿਉਣ ਵਾਲੇ ਆਤਮਿਕ ਸੁਖ ਉਹਨਾਂ ਦੇ ਕੋਲ ਹੁੰਦਾ ਹੈ ਬਿਗੈਨਰ ਕਾਪਟਾਂ ਦੇ ਅੰਦਰ ਉਹਨਾਂ ਅੰਦਰ ਸੰਤੁਸ਼ਟੀ ਬਣੀ ਹੁੰਦੀ ਹੈ ਜਿਹਦੇ ਅੰਦਰ ਸੰਤੁਸ਼ਟੀ ਨਹੀਂ ਨਾ ਡਿਸਸੈਟੀਸਫਾਈਡ ਹੋ ਗਿਆ ਉਹ ਡੋਲ ਜਾਏਗਾ ਛੱਡ ਜਾਏਗਾ ਜਿੰਨਾ ਜ਼ਿੰਦਗੀ ਚ ਕੋ ਸੰਗ ਕੀਤਾ ਹੈ ਜਿੰਨਾ ਜ਼ਿੰਦਗੀ ਚ ਕੁਸੰਗੀ ਵਿਚਾਰਾਂ ਨੂੰ ਅੰਦਰ ਆਪਣੇ ਬੀਜ ਬਣਾ ਕੇ ਸੰਸਕਾਰ ਬਣਾ ਕੇ ਅੰਦਰ ਸੁਟਿਆ ਜਿੰਨਾ ਕੁਸੰਗੀ ਪ੍ਰਭਾਵ ਨੂੰ ਅੰਦਰ ਕੌੜੇ ਸੰਸਕਾਰ ਕਾਲੇ ਸੰਸਕਾਰ ਅੰਦਰ ਬਿਠਾ ਲਏ ਨੇ ਉਹ ਆਪ ਨੂੰ ਵੀ ਨਹੀਂ ਦਿਸਦੇ ਬਸ ਅੰਦਰੋਂ ਜੀਵਨ ਕੱਚਾ ਰਹੇਗਾ ਪਰਖਿਆਵਾਂ ਵਿੱਚੋਂ ਫੇਲ ਹੁੰਦਾ ਰਹੇਗਾ ਰੱਬੀ ਮਾਰਗ ਦੇ ਜੀਵਨ ਦੀਆਂ ਪਰਖਿਆਵਾਂ ਵਿੱਚੋਂ ਕਦੀ ਡੋਲ ਗਿਆ ਕਦੀ ਛੱਡ ਗਿਆ ਨਤੀਜਾ ਪਰਪਕਾਰੀ ਨਹੀਂ ਸਲਫਿਸ਼ ਜੀਵਨ ਜਿਉਏਗਾ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਇਹ ਤੇ ਜਿੜੀਆਂ ਜਾਨਵਰ ਵੀ ਕਰਗੇ ਆਖੋ ਵਾਇਗਰੂ ਤੇ ਜਿੜੀਆਂ ਵੀ ਕਰਗੀਆਂ ਅਗਰ ਸਿੱਖ ਪਰਪਕਾਰੀ ਹੁੰਦੇ ਨੇ ਉਹਨਾਂ ਦੇ ਮੁੱਖ ਸਹਾਬੇ ਹੁੰਦੇ ਨੇ ਉਹ ਆਤਮਿਕ ਸੁਖ ਵਿੱਚ ਜਿਉਂਦੇ ਨੇ ਰੱਬ ਕੋ ਸਿਮਰਹਿ ਤਨ ਆਤਮ ਜੀਤਾ ਉਹਨਾਂ ਨੇ ਆਪਣੇ ਅੰਦਰ ਸੁਭਾਅ ਦੇ ਲੈਵਲ ਤੇ ਸੋਚ ਦੇ ਲੈਵਲ ਤੇ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਜਿਹਨੂੰ ਜਪਜੀ ਸਾਹਿਬ ਚ ਕਿਹਾ ਨਾ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਉਹ ਆਪਣੀਆਂ ਭਾਵਨਾਵਾਂ ਨੂੰ ਜਜ਼ਬਿਆਂ ਨੂੰ ਮੈਨੇਜ ਕਰ ਲੈਂਦੇ ਨੇ ਆਖਵਾਇਆ ਖਤਮ ਜੀਤਾ ਰਬ ਕੋ ਸਿਮਰਹਿ ਤਿੰਨ ਨਿਰਮਲ ਰੀਤਾ ਉਹਨਾਂ ਦੀ ਜ਼ਿੰਦਗੀ ਦੀ ਚਾਲ ਜ਼ਿੰਦਗੀ ਦੀ ਮਰਿਆਦਾ ਇੰਦਗੀ ਜਿਹਾ ਹੁੰਦਾ ਤਰੀਕਾ ਸ਼ੁੱਧ ਨੀਅਤ ਸ਼ੁੱਧ ਸੋਚ ਸ਼ੁੱਧ ਭਾਵਨਾ ਸ਼ੁੱਧ ਵਿਚਾਰਾਂ ਵਾਲਾ ਹੁੰਦਾ ਹੈ ਜੀਵਨ ਉਹਨੂੰ ਨਿਰਮਲ ਰੀਤਾ ਕਹਿੰਦੇ ਨੇ ਹੁੰਦਾ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਵਿੱਚੋਂ ਇਹ ਨਿਕਲਦਾ ਹੈ ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਹਰੇ ਵਾਹਿਗੁਰੂ ਜੀ ਦੇ ਮਿੱਠੀ ਯਾਦ ਦੇ ਰਸ ਵਜੇਉਂਦੇ ਨੇ ਉਹਨਾਂ ਦੇ ਅੰਦਰ ਜੋ ਆਤਮਿਕ ਆਨੰਦ ਹੈ ਉਹ ਕਿਨੇ ਮੇਨਾਂ ਨਹੀਂ ਜਾ ਸਕਦਾ ਕਨੇਰੇ ਬਾ ਕਮਾਲ ਆਨੰਦ ਰਸ ਵਿੱਚ ਜਿਉਂਦੇ ਨੇ ਰੱਬ ਕੋ ਸਿਮਰਹਿ ਬਸ ਹੈ ਹਰ ਨੇਰੇ ਜੇ ਵਾਹਿਗੁਰੂ ਜੀ ਦੀ ਮਿੱਠੀ ਯਾਦ ਵਿੱਚ ਜਿਉਣ ਵਾਲੇ ਨੇ ਉਹਨਾਂ ਦੀ ਅਗਲੀ ਨਿਸ਼ਾਨੀ ਉਹ ਵਾਹਿਗੁਰੂ ਜੀ ਨੂੰ ਅੱਖਰ-ਨਾਜ਼ਰ ਸਮਝਦੇ ਨੇ ਉਹਨੇ ਨੇੜੇ ਸਮਝਦੇ ਨੇ ਉਹਨਾਂ ਨੂੰ ਇਹਦਾ ਨਹੀਂ ਹੈ ਕਿ ਵਾਹਿਗੁਰੂ ਜੀ ਕਿਤੇ ਹੋਰ বাসਦੇ ਨੇ ਤੇ ਮੈਂ ਉੱਥੇ ਆਪਣੀ ਸੁਰਤੀ ਭੇਜਣੀ ਹੈ ਨਹੀਂ ਤਹਰਵੇਲੇ ਹੰਗੇ ਸੰਗ ਨੇ ਸੰਤ ਕਿਰਪਾ ਤੇ ਅੰਦਰੇ ਜਾਗ ਉਹ ਅੰਦਰੋਂ ਜਾਗੇ ਹੁੰਦੇ ਨੇ ਅੰਦਰ ਉਹਨਾਂ ਦੇ ਕੌਨਸ਼ੀਅਸਨੈਸ ਹੁੰਦੀ ਹੈ ਅੰਦਰ ਉਹ ਸੁਚੇਤ ਹੁੰਦੇ ਨੇ ਹੁੰਦੇ ਕਿ ਮੈਨੇ ਇਹ ਤੇ ਸੰਤ ਕਿਰਪਾ ਗੁਰੂ ਦੀ ਬਖਸ਼ਿਸ਼ ਤੇ ਗੁਰੂ ਕੀ ਸੰਗਤ ਦੀ ਕਿਰਪਾ ਦੇ ਨਾਲ ਨਾਨਕ ਸਿਮਰਨ ਪੂਰੇ ਭਾਗ ਹੈ ਨਾਨਕ ਜੀ ਜਿਨ੍ਹਾਂ ਦੇ ਅੰਦਰ ਇਹ ਸਿਮਰਨ ਰਸ ਹੁੰਦਾ ਏ ਵਾਹਿਗੁਰੂ ਜੀ ਦੀ ਯਾਦ ਦਾ ਜੇ ਵਾਹਿਗੁਰੂ ਜੀ ਦਾ ਰੂਪ ਸੱਚਾ ਗਿਆਨ ਹੈ ਉਹ ਸੱਚੇ ਗਿਆਨ ਨੂੰ ਰੱਬੀ ਉਪਦੇਸਾਂ ਨੂੰ ਯਾਦ ਰੱਖਦੇ ਨੇ ਜਿਉਣਾ ਕਿਵੇਂ ਰੱਬੀ ਉਪਦੇਸ ਸੰਸਾਰ ਹਰ ਪਲ ਯਾਦ ਰੱਖਦੇ ਨੇ ਜੇ ਵਾਹਿਗੁਰੂ ਜੀ ਗੁਣ ਬਣ ਕੇ ਵਰਤਦੇ ਨੇ ਹਰ ਥਾਂ ਤੇ ਉਹ ਯਾਦ ਰੱਖਦੇ ਨੇ ਗੁਣਾਂ ਨੂੰ ਫੋਕਸ ਕਰਦੇ ਨੇ ਗੁਣਾndvi ਡਿਸਕਸ਼ਨ ਕਰਦੇ ਨੇ ਗੁਣਾ ਵਾਲਾ ਜੀਵਨ ਜਿਉਂਦੇ ਨੇ ਗੁਣਾ ਨਾਲ ਪਰਪਕਾਰ ਕਰਦੇ ਨੇ ਉਹਨਾਂ ਦੇ ਅੰਦਰ ਪੂਰੇ ਭਾਵ ਭਾਵਨਾ ਹਰ ਇੱਕ ਦੇ ਅੰਦਰ ਹੈ ਉਹਨਾਂ ਦੀ ਭਾਵਨਾ ਉੱਚੇ ਲੈ ਬੰਦੀ ਹੁੰਦੀ ਹੈ ਆਖੋ ਭਾਈ ਜਜ਼ਬੇ ਹਰ ਇੱਕ ਅੰਦਰ ਹੈ ਉਹਨਾਂ ਦੇ ਜਜ਼ਬੇ ਗੁਰੂ ਦੇ ਮਾਰਗ ਲਈ ਹੁੰਦੇ ਨੇ ਕੁਛ ਨਾ ਕੁਛ ਦੂਸਰਿਆਂ ਲਈ ਕਰਨਾ ਤਾਂ ਹਰ ਇੱਕ ਦੇ ਅੰਦਰ ਹੈ ਪਰ ਉਹ ਦੂਸਰਿਆਂ ਲਈ ਕਰਨ ਵਾਸਤੇ ਆਪਾ ਵਾਰ ਦਿੰਦੇ ਨੇ ਅੰਦਰ ਸੋਚ ਵਿਚਾਰਾਂ ਦੇ ਭਾਗ ਉਹਨਾਂ ਦੇ ਉੱਚੇ ਹੁੰਦੇ ਨੇ ਰੱਬ ਕੈ ਸਿਮਰਨ ਕਾਰਜ ਪੂਰੇ ਫਿਰ ਗੁਰੂ ਦੇ ਮਾਰਗ ਤੇ ਤੁਰਨੀ ਜੋ ਕੁਝ ਚਾਹੀਦਾ ਸਾਰੇ ਤਰ੍ਹਾਂ ਦੀ ਸਫਲਤਾ ਮਿਲਦੀ ਹੈ ਇਹ ਤੇ ਦੁਨਿਆਵੀ ਕਾਰਜਾਂ ਦੀ ਗੱਲ ਨਹੀਂ ਆਤਮਿਕ ਜੀਵਨ ਜਿਉਣ ਵਾਸਤੇ ਜੋ ਜੋ ਚਾਹੀਦਾ ਉਹ ਕਾਰਜ ਪੂਰੇ ਹੁੰਦੇ ਨੇ ਸਫਲਤਾ ਮਿਲਦੀ ਹੈ ਰੱਬ ਕੈ ਸਿਮਰਨ ਕਬ ਹੋਣਾ ਝੂਰੇ ਆ ਨਿਸ਼ਾਨੀ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਣ ਵਾਲੇ ਗੁਰਸਿੱਖ ਚਾਹੇ ਬੇਗਨ ਹੁੰਦੇ ਉਰੇ ਕਾਪਟਾ ਹੁੰਦੀਆਂ ਨੇ ਜ਼ਿੰਦਗੀ ਬੜੇ ਵੱਖ-ਵੱਖ ਮੋੜਾਂ ਵਿੱਚੋਂ ਦੀ ਨਿਕਲਦੀ ਹੈ ਉਹਨਾਂ ਦੇ ਅੰਦਰ ਕੋਈ ਚਿੰਤਾ ਝੋਰਾ ਪਛਤਾਵਾ ਨਹੀਂ ਹੁੰਦਾ ਉਹ ਅੰਦਰੋਂ ਸੰਤੋਸ਼ੀ ਵੀ ਜੀਉਂਦੇ ਨੇ ਰੱਬ ਕੈ ਸਿਮਰਨ ਹਰ ਗੁਣ ਬਾਣੀ ਵਾਹਿਗੁਰੂ ਜੀ ਦੇ ਸਿਮਰਨ ਰਸ ਦੇ ਨਾਲ ਰੱਬ ਦੇ ਗੁਣਾਂ ਦੀ ਬਾਣੀ ਹੁੰਦਾ ਵਿਚਾਰ ਰੱਬੀ ਗੁਣਾਂ ਦੀ ਵਿਚਾਰ ਉਹਨਾਂ ਦੀ ਜ਼ਿੰਦਗੀ ਵਿੱਚ ਹੁੰਦੀ ਹੈ ਉਹ ਦੂਸਰੇ ਨੰ ਵਿਚਾਰਾਂ ਕਰਦੇ ਨੇ ਉਸ ਵਿੱਚੋਂ ਸਿੱਖਦੇ ਨੇ ਤੇ ਹੋਰਨਾਂ ਨੂੰ ਵੰਡਦੇ ਨੇ ਫਿਰ ਉਹ ਜੋ ਹਰ ਕੀ ਬਾਣੀ ਹੈ ਗੁਰੂ ਦੀ ਬਾਣੀ ਉਸ ਵਿੱਚੋਂ ਗੁਣਾਂ ਨੂੰ ਗ੍ਰਹਿਣ ਕਰਦੇ ਨੇ ਰੱਬ ਦੀ ਬਾਣੀ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਜਿੱਥੋਂ ਸਿੱਖਣਾ ਹੈ ਪਰ ਜਦੋਂ ਸਿੱਖ ਜਿਉਂ-ਜਿਉਂ ਸਿੱਖਦਾ ਜਾਏਗਾ ਤੇ ਰੱਬ ਦਾ ਸੱਚਾ ਗਿਆਨ ਰੱਬ ਦੀ ਬਾਣੀ ਤੈਨੂੰ ਹਰ ਵਰਤਾਰੇ ਵਿੱਚੋਂ ਕੁਝ ਸਿਖਾਈ ਗਿਆ ਖੁਆਇ ਗਿਰੂ ਰਬ ਕੈ ਸਿਮਰਨ ਸਹਿਜ ਸਮਾਨੀ ਫਿਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਆਤਮਿਕ ਅਡੋਲਤਾ ਮਿਲਦੀ ਹੈ ਆਤਮਿਕ ਅਡੋਲਤਾ ਵਿੱਚ ਅਡੋਲ ਹੋ ਕੇ ਆਪਾ ਵਾਰਨ ਦੀ ਭਾਵਨਾ ਵਿੱਚ ਜਿਉਣਾ ਬਾਕਮਾਲ ਅੰਦਰ ਰਸ ਬਣਦਾ ਹੈ ਹਿੰਮਤ ਸਮਾਈ ਰਹਿੰਦੀ ਹੈ ਅਡੋਲਤਾ ਵਿੱਚ ਰਬ ਕੈ ਸਿਮਰਨ ਨੇ ਚਲੇ ਆਸਨ ਅੰਦਰ ਅਡੋਲਤਾ ਦਾ ਆਸਨ ਮਿਲ ਗਿਆ ਇਸ ਨੂੰ ਸਮਝਿਓ ਅਡੋਲਤਾ ਬੇਗਨ ਆ ਗਿਆ ਰੁਕਾਵਟਾਂ ਆ ਗਈਆਂ ਹੋ ਸਕਦਾ ਹੈ ਉਹ ਰੁਕਾਵਟਾਂ ਉਹਨਾਂ ਨੇ ਖੜੀਆਂ ਕੀਤੀਆਂ ਜਿਨ੍ਹਾਂ ਦੇ ਲਈ ਤੁਸੀਂ ਪਰਪਕਾਰ ਕਰਦੇ ਹੋਮੋ ਜਿਨ੍ਹਾਂ ਲਈ ਬੇਗਨ ਵਾਇਗਰ ਜਿਨ੍ਹਾਂ ਲਈ ਆਪਾ ਵਾਰ ਰਹੇ ਹੋਮ ਉਹਨਾਂ ਨੇ ਬੇਗਨ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਤੇ ਮਤ ਪਤਾ ਕੀ ਆਮ ਮਤ ਕੀ ਫੈਸਲਾ ਲਏਗੀ ਉਹ ਕਹੇਗੀ ਮੈਂ ਜਿਨ੍ਹਾਂ ਲਈ ਕਰ ਰਿਹਾ ਜੇ ਇਹਨਾਂ ਨੂੰ ਹੀ ਕਦਰ ਨਹੀਂ ਮੈਂ ਕੀ ਲੈਣਾ ਕੱਢ ਜਾਏਗਾ ਇਹਦਾ ਮਤਲਬ ਡੋਲਤਾ ਨਹੀਂ ਹੈ ਅਡੋਲਤਾ ਦਾ ਅਰਥ ਹੈ ਕੋਈ ਗੱਲ ਨਹੀਂ ਇਹਨਾਂ ਲਈ ਆਪਾਂ ਵਾਰਿਆ ਸੀ ਇਹਨਾਂ ਨੇ ਕਦਰ ਨਹੀਂ ਕੀਤੀ ਮੈਂ ਤੇ ਗੁਰੂ ਦੇ ਲਈ ਆਪਾਂ ਵਾਰਨਾ ਹੈ ਰੱਬ ਦੇ ਲਈ ਆਪਾਂ ਵਾਰਨਾ ਹੈ ਮੈਂ ਕੋਈ ਇਹਨਾਂ ਲਈ ਥੋੜੀ ਕੀਤਾ ਸੀ ਗੁਰੂ ਦਾ ਕਰਜ ਸਮਝ ਕੇ ਪਰਪਕਾਰ ਕੀਤਾ ਸੀ ਰੱਬ ਦਾ ਕਾਰਨ ਸਮਝ ਕੇ ਪਰਪਕਾਰ ਕੀਤਾ ਸੀ ਤੇ ਰੱਬ ਕੋਈ ਹੋਰ ਰਾਹ ਖੋਲੇਗਾ ਉਤੁਰਦੇ ਰਹਿੰਦੇ ਨੇ ਅੰਦਰ ਅਡੋਲਤਾ ਹੈ ਵਿਸ਼ਵਾਸ ਹੈ ਚੱਲਣਾ ਗੁਰੂ ਦੇ ਮਾਰਗ ਤੇ ਆਪਾਂ ਵਾਰਦੇ ਰਹਿਣਾ ਉਹ ਜਿਹੜੀ ਮਤ ਫੈਸਲਾ ਲੈਂਦੀ ਹੈ ਨਾ ਉਹ ਮਤ ਸਹਿਜ ਅਡੋਲਤਾ ਵਿੱਚ ਸਮਾਈ ਹੁੰਦੀ ਹੈ ਤੇ ਮਨ ਨੂੰ ਅਡੋਲਤਾ ਦਾ ਆਸਣ ਮਿਲਿਆ ਹੁੰਦਾ ਆਖੋ ਵਾਹਿਗੁਰੂ ਰਬ ਕੈ ਸਿਮਰਨ ਕਮਲ ਬੈਗਾਸਨ ਫਿਰ ਵਾਹਿਗੁਰੂ ਜੀ ਦੇ ਸਿਮਰਨ ਰਸ ਦੇ ਨਾਲ ਫਿਰਦੇ ਦਾ ਕਮਲ ਖਿੜ ਜਾਂਦਾ ਸਿੱਧਾ ਭਾਵ ਮਨ ਸਿੱਧੇ ਮਾਰਗ ਤੇ ਤੁਰਨ ਦੇ ਫੈਸਲੇ ਲੈਂਦਾ ਹੈ ਭਾਵਨਾ ਰੱਬੀ ਮਾਰਗ ਤੇ ਤੁਰਨ ਦੀਆਂ ਹੁੰਦੀਆਂ ਨੇ ਮਤ ਇਸ ਪਾਸੇ ਫੈਸਲੇ ਲੈਂਦੀ ਜਦੋਂ ਮਤ ਤੇ ਮਨ ਸਿੱਧੇ ਮਾਰਗ ਤੇ ਤੁਰ ਪਵੇ ਇਹਦੇ ਵਿੱਚ ਭਾਵਨਾਵਾਂ ਸਿੱਧੇ ਮਾਰਗ ਦੀਆਂ ਹੁੰਨ ਇਸ ਅੰਮੀਰ ਕਮਲ ਦਾ ਫੁੱਲ ਸਿੱਧੇ ਪਾਸੇ ਨੂੰ ਹੋ ਗਿਆ ਖਿੜ ਗਿਆ ਖੋ ਵਾਹਿਗੁਰੂ ਰਬ ਕੈ ਸਿਮਰਨ ਅਨਹਦ ਚੁਣਕਾਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਉਹਨਾਂ ਦੇ ਅੰਦਰ ਚੱਲਦੀ ਹੈ ਜਿਨ੍ਹਾਂ ਦੇ ਅੰਦਰ ਹਰ ਵੇਲੇ ਮੇਰੇ ਗੁਰੂ ਪਾਤਸ਼ਾਹ ਦੇ ਉਪਦੇਸ਼ ਰਹਿਨਮਾਈ ਕਰਦੇ ਨੇ ਉਹ ਇਕ ਅਨਹਦ ਚੁਣਕਾਰ ਹੈ ਖੋ ਵਾਹਿਗੁਰੂ ਜੋਗੀਆਂ ਵਾਲੀ ਨਹੀਂ ਜੋਗੀ ਕਹਿੰਦੇ ਸੀ ਮੇਰੇ ਅੰਦਰ ਚਮੜੇ ਨਾਲ ਮੜੇ ਹੋਏ ਸ਼ਬਦ ਸਾਜ ਸਾਰਾ ਨਾਲ ਵਜਣ ਵਾਲੇ ਸਾਜ਼ ਹਵਾ ਨਾਲ ਵਜਣ ਵਾਲੇ ਸਾਜ਼ ਪੰਜ ਤਰ੍ਹਾਂ ਦੇ ਸਾਜ਼ ਮੇਰੇ ਅੰਦਰ ਵੱਜਦੇ ਨੇ ਇਹਨੂੰ ਅਨਹਦ ਚੁਨਕਾਰ ਕਹਿੰਦੇ ਸੀ ਇਹ ਜੋਗੀਆਂ ਦੀ ਅਨਹਦ ਚੁਨਕਾਰ ਨਹੀਂ ਗੁਰਮਤਿ ਦੀ ਅਨਹਦ ਚੁਨਕਾਰ ਹੈ ਹਰ ਵੇਲੇ ਗੁਰੂ ਦਾ ਸ਼ਬਦ ਜਦੋਂ ਤੂੰ ਬੈਠੇ ਕਿਸੇ ਕੋਲ ਉੱਥੇ ਚਲਦੀ ਹੋਵੇ ਨਿੰਦਾ ਜਾਂ ਤੇਰੇ ਅੰਦਰ ਕਿਸੇ ਦਾ ਔਗਣ ਫੋਕਸ ਕਰਕੇ ਅੰਦਰ ਨਿੰਦਾ ਦੀ ਵਿਚਾਰ ਚੱਲ ਪਵੇ ਤਾਂ ਤੈਨੂੰ ਗੁਰੂ ਕਾ ਸ਼ਬਦ ਦੇ ਅੰਦਰ ਚੁਣਕਾਰ ਬਣ ਗਿਆ ਕਿ ਨਿੰਦਾ ਪਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਚੁਣਕਾਰਤਾ ਬਣੇਗਾ ਜੇ ਅੰਦਰ ਹਲੂਣਾ ਮਿਲ ਗਿਆ ਹਾਂ ਤੂੰ ਨਿੰਦਾ ਕਰਨ ਤੋਂ ਹਟੇਗਾ ਨਹੀਂ ਅੰਦਰੋਂ ਹਟੇਗਾ ਨਹੀਂ ਆਖੋ ਵਾਹਿਗੁਰੂ ਉਹਨਾਂ ਦੇ ਅੰਦਰ ਗੁਰੂ ਦੇ ਉਪਦੇਸ਼ਾਂ ਦੀ ਚੁਣਕਾਰ ਚੱਲਦੀ ਹੈ ਸੁਖ ਪ੍ਰਭ ਸਿਮਰਨ ਕਾਇੰਤਨ ਪਾਰ ਫਿਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੋ ਆਤਮਿਕ ਸੁਖ ਹੈ ਨਾ ਉਹ ਬੇਅੰਤ ਹੈ ਕਮਾਲ ਹੀ ਕਮਾਲ ਹੈ ਜਿਨੇ ਚਾਖੀ ਸੋਈ ਜਾਣਾ ਗੁੰਗੇ ਕੀ ਮਠਿਆਈ ਸਿਮਰਹਿ ਸੇ ਜਨ ਜਿੰਨ ਕੋ ਪ੍ਰਭ ਮਇਆ ਕੇ ਸਿਮਰਨ ਦੀ ਦਾਤ ਉਹਨਾਂ ਨੂੰ ਮਿਲਦੀ ਹੈ ਜਿਨਾਂ ਤੇ ਵਾਇਕ੍ਰੂ ਜੀ ਕਿਰਪਾ ਕਰਦੇ ਨੇ ਮਾਇਆ ਮੰਮੇ ਨੂੰ ਕੰਨਾਂ ਲੱਗ ਜਾਵੇ ਤਾਂ ਰੌਂਗ ਅਟੈਂਸ਼ਨ ਮਾਇਆ ਮੰਮਾ ਮੁਕਤ ਹੈ ਤਾਂ ਕਿਰਪਾ ਨਾਨਕ ਤਿੰਨ ਜਨ ਸ਼ਰਣੀ ਪਇਆ ਏ ਨਾਨਕ ਜੀ ਉਜੋ ਗੁਰੂ ਦੇ ਚਾਕਰ ਨੇ ਰੱਬ ਦੇ ਚਾਕਰ ਨੇ ਜਨ ਉਹਨਾਂ ਦੀ ਸ਼ਰਨ ਪੈਂਦਾ ਹਾਂ ਭਾਵ ਉਹਨਾਂ ਤੋਂ ਜੀਵਨ ਜਿਉਣਾ ਉਹਨਾਂ ਦੇ ਗੁਣਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜਜ਼ਬੇ ਲਗਨ ਤੋਂ ਪ੍ਰਭਾਵਿਤ ਹੋ ਕੇ ਆਪਣੇ ਤੇ ਪ੍ਰਭਾਵ ਬਣੇ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਆਖਵਾਇ ਸਕਾਰ ਹੈ ਨੇ ਸਤਗੁਰੂ ਜੀ ਹਰ ਸਿਮਰਨ ਕਰ ਭਗਤ ਪ੍ਰਗਟ ਆਏ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਮਿੱਟੀ ਮਿੱਟੀ ਯਾਦ ਦਾ ਸਿਮਰਨ ਰਾਸ ਉਹ ਭਗਤ ਨੇ ਭਗਤ ਜੀ ਬੰਨੇ ਪ੍ਰਗਟ ਆਦਰਸ਼ ਹੈ ਆਈਕਨ ਨੇ ਦੁਨੀਆ ਤੇ ਬਹੁਤ ਕੁਝ ਬਣਦੇ ਨੇ ਪ੍ਰਗਟ ਉਹਨਾਂ ਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੁੰਦੇ ਨੇ ਪ੍ਰਗਟ ਹੁੰਦੇ ਨੇ ਸਪਸ਼ਟ ਹੁੰਦਾ ਇਹਨਾਂ ਨੇ ਕੁਝ ਕੀਤਾ ਹੈ ਹਰ ਸਿਮਰਨ ਲਗਵੇਦ ਉਪਾਏ ਜੇ ਵੇਦਾਂ ਦੇ ਵਿੱਚ ਪੈਦਾ ਹੋਏ ਤਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਬਸ ਗਈ ਤਾਂ ਉਹਨਾਂ ਨੂੰ ਇਹ ਅਸਲੀ ਪੇਜ ਆ ਗਿਆ ਇਹ ਧਾਰਮਿਕ ਗ੍ਰੰਥ ਕਿਸ ਲਈ ਪੈਦਾ ਹੋਏ ਸੀ ਇਹਦੇ ਲਈ ਹੀ ਅਸਲੀ ਆਹ ਟਾਰਗੇਟ ਪ੍ਰਾਪਤ ਕਰਨ ਵਾਸਤੇ ਹੀ ਵੇਦ ਆਦਿਕ ਧਾਰਮਿਕ ਗ੍ਰੰਥਾਂ ਦਾ ਗਿਆਨ ਪੈਦਾ ਹੋਇਆ ਇਹ ਬਕਰੀ ਗੱਲ ਹੈ ਕਿ ਧਾਰਮਿਕ ਗ੍ਰੰਥਾਂ ਨਾਲ ਜੋੜਨ ਵਾਲੇ ਇਸ ਟਾਰਗੇਟ ਤੇ ਪਹੁੰਚੇ ਜਾਂ ਨਹੀਂ ਪਹੁੰਚੇ ਇਹ ਜੀਵਨ ਦਾ ਮੈਟਰ ਹੋ ਸਕਦਾ ਹੈ ਪਰ ਇਹਦੇ ਲਈ ਹੀ ਇਸ ਮਕਸਦ ਦੇ ਲਈ ਹੀ ਕਿਉਂਕਿ ਸਭ ਤੋਂ ਉੱਚਾ ਮਕਸਦ ਇਹੀ ਹੈ ਉਹਦੇ ਲਈ ਹੀ ਧਾਰਮਿਕ ਗ੍ਰੰਥ ਜਿਹੜੇ ਹੋਂਦ ਵਿੱਚ ਆਏ ਸਨ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਕੋਈ ਜਤੀ ਕੋਈ ਸਿੱਧ ਕੋਈ ਦਾਨੀ ਬਣਿਆ ਮਕਸਦ ਤਾਂ ਇਹ ਚਾਹੀਦਾ ਸੀ ਹਰੀ ਦਾ ਸਿਮਰਨ ਇਸੇ ਲਈ ਸੀ ਸਭ ਕੁਝ ਹਰ ਸਿਮਰਨ ਨੀਚ ਚਹ ਹਕੁੰਟ ਜਾਤੇ ਕਿਉਂਕਿ ਜਿਨ੍ਹਾਂ ਨੂੰ ਇਹ ਵਾਗਿਰੀ ਜੀ ਦੀ ਮਿੱਠੀ ਮਿੱਠੀ ਯਾਦ ਦਾ ਰਸ ਬਣ ਗਿਆ ਨਾ ਉਹ ਚਾਹੇ ਜਿੰਨਾ ਮਰਜੀ ਨੀਚ ਜਿਨ੍ਹਾਂ ਨੂੰ ਕਹਿੰਦੇ ਸੀ ਨੀਮੀ ਜਾਤ ਦਾ ਜੀ ਇਹਨੂੰ ਪਤਾ ਕੁਛ ਨਹੀਂ ਜੀ ਜੋ ਮਰਜੀ ਉਹਨੂੰ ਨੀਚ ਕਹਿੰਦੇ ਸੀ ਪਰ ਉਹ ਚੌਕੰਟਪਾਵ ਹਰ ਥਾਂ ਤੇ ਦੁਨੀਆ ਦੇ ਸਾਹਮਣੇ ਆਦਰਸ਼ ਬਣ ਕੇ ਜਾਣੇ ਜਾਂਦੇ ਨੇ ਉਹਨਾਂ ਦੇ ਰਿਜ਼ਲਟ ਉਹਨਾਂ ਦੀ ਜ਼ਿੰਦਗੀ ਦਾ ਪ੍ਰਭਾਵ ਦੁਨੀਆ ਦੇ ਸਾਹਮਣੇ ਹੁੰਦਾ ਹੈ ਕੋ ਵਾਗਿਰੀ ਹਰ ਸਿਮਰਨ ਧਾਰੀ ਸਭ ਧਰਨਾ ਜੇ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਇਹ ਸਮਝ ਪੈਂਦੀ ਹੈ ਕਿ ਅੱਜ ਜੋ ਕੁਝ ਵੀ ਵਾਪਰ ਰਿਹਾ ਸਭ ਰੱਬ ਦੇ ਨਿਜ਼ਮ ਵਿੱਚ ਬਰੋਇਆ ਹੋਇਆ ਵਰਤ ਰਿਹਾ ਹੈ। ਇਹ ਸਾਰੀ ਧਰਤੀ ਉਹਦੇ ਨਿਜ਼ਮ ਵਿੱਚ ਚੱਲ ਰਹੀ ਹੈ ਜਿੰਨੇ ਵਰਤਾਰੇ ਨੇ ਉਹਦੇ ਨਿਜ਼ਮ ਵਿੱਚ ਨੇ ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਬੈਠੇ ਨੇ ਉਸ ਗਿਆਨ ਨੂੰ ਪ੍ਰਾਪਤ ਕਰਨਾ ਹੈ। ਕਿ ਉਹ ਕਿਦਾਂ ਸਮਝ ਆਉਂਦਾ ਨਿਜ਼ਮ ਸਿਮਰ ਸਿਮਰ ਹਰ ਕਾਰਨ ਕਰਨਾ ਵਾਹਿਗੁਰੂ ਜੀ ਦੀ ਯਾਦ ਵਿੱਚ ਜੀਵਨ ਬਤੀਤ ਕਰਦੇ ਆ ਕਰਦੇ ਆ। ਫਿਰ ਸਮਝ ਪੈਂਦੀ ਹੈ ਕਿ ਜੋ ਵਰਤਾਰੇ ਵਰਤ ਰਹੇ ਨੇ ਇਹ ਰੱਬ ਦੇ ਨਿਜ਼ਮ ਵਿੱਚ ਵਰਤ ਰਹੇ ਨੇ ਉਹਦੇ ਲਈ ਜਿੰਨੇ ਕਾਰਨ ਨੇ ਉਹ ਸੁਪਰੀਮ ਪਾਵਰ ਜੋ ਸਭ ਤੋਂ ਵੱਡੀ ਸ਼ਕਤੀ ਹੈ ਉਹਦੇ ਵਾਸ ਵਿੱਚ ਹੈ ਕੋਈ ਵੀ ਬੀਬੀ ਦੀ ਬਣ ਸਕਦੀ ਹੈ ਕੋਈ ਵੀ ਕਾਰਨ ਬਣ ਸਕਦਾ ਹੈ ਪਰ ਹੈ ਸਭ ਰੱਬ ਦੇ ਨਿਜ਼ਮ ਵਿੱਚ ਹਰ ਸਿਮਰਨ ਨੇ ਕਿਓ ਸਗਲ ਆਕਾਰਾ ਫਿਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਸਮਝਾਉਂਦੀ ਹੈ ਕਿ ਜੋ ਸਾਰਾ ਆਕਾਰ ਪੈਦਾ ਕੀਤਾ ਹੈ ਅਜੋ ਵੀ ਯੂਨੀਵਰਸ ਵਿੱਚ ਦੇਖ ਰਿਹਾ ਜੋ ਵਰਤਾਰੇ ਦੇਖ ਰਹੇ ਆ ਇਹ ਵਾਹਿਗੁਰੂ ਜੀ ਨੇ ਮੈਨੂੰ ਆਪਣੀ ਮਿੱਠੀ ਯਾਦ ਦਿਵਾਉਣ ਵਾਸਤੇ ਪੈਦਾ ਕੀਤਾ ਹੈ ਵਾਹਿਗੁਰੂ ਚੇਤੇ ਰਵੇ ਇਸ ਲਈ ਇਹ ਸਭ ਕੁਝ ਪੈਦਾ ਕੀਤਾ ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਮੈਂਦੀ ਧਾਰ ਕਰਾਂ ਤੇ ਉਸ ਸੱਚੇ ਗਿਆਨ ਤੋਂ ਕੋ ਸਿਖਾਈ ਇਸ ਲਈ ਆ ਸਾਰਾ ਵਰਤਾਰਾ ਹੈ ਮੇਰੇ ਲਈ ਹਰਤਾ ਸਿਮਰਨ ਧਾਰੀ ਸਭ ਧਰਨਾ ਵਾਹਿਗੁਰੂ ਹਰ ਸਿਮਰਨ ਮੈਂ ਆਪ ਨਿਰੰਕਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਮਿੱਠੀ ਯਾਦ ਚੱਲਣ ਦੇ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਕੀਲ ਹੈ ਉਹਦੇ ਨਿਜ਼ਮ ਦਾ ਕੀਲ ਹੈ ਫਿਰ ਇਸ ਤਰ੍ਹਾਂ ਜਿਉਣ ਵਾਲਾ ਉਹਦੇ ਰਸ ਵਿੱਚ ਸਮਾਇਆ ਹੁੰਦਾ ਹੈ ਪਰ ਕਿਰਪਾ ਜਿਸ ਆਪ ਬੁਝਾਇਆ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਉਹਨਾਂ ਨੂੰ ਇਹ ਸੋਜੀ ਮਿਲਦੀ ਬੁਝਾਇਆ ਸੋਜੀ ਮਿਲਨੀ ਸਮਝ ਆ ਜਾਣੀ ਨਾਨਕ ਗੁਰਮਖ ਹਰ ਸਿਮਰਨ ਤិន ਪਾਇਆ ਏ ਨਾਨਕ ਜੀ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜਿਹੜੇ ਪੂਰਨ ਸਮਰਪਿਤ ਹੋ ਜਾਂਦੇ ਨੇ ਗੁਰੂ ਦੀਪ ਦੇ ਸਾਨੂੰ ਸੋਚ ਸੁਭਾਅ ਦੇ ਲੈਵਲ ਤੇ ਪ੍ਰੈਕਟੀਕਲ ਲਾਗੂ ਕਰਕੇ ਪ੍ਰੈਕਟੀਕਲ ਜਿਉਂਦੇ ਨੇ ਉਹ ਗੁਰਮਖ ਸੁਭਾਅ ਵਾਲੇ ਬਣ ਜਾਂਦੇ ਨੇ ਉਹਨਾਂ ਨੇ ਹੀ ਇਸ ਸਿਮਰਨ ਰਾਸ ਨੂੰ ਪ੍ਰਾਪਤ ਕੀਤਾ ਹੈ ਸ਼ਲੋਕ ਅਗਲਾ ਸ਼ਲੋਕ ਸ਼ੁਰੂ ਹੋ ਰਿਹਾ ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ ਇਹ ਨਿਮਾਣਿਆ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ ਇਹ ਆਪਣੇ ਪਿਆਰਿਆਂ ਦੇ ਅੰਦਰੋਂ ਕੀੜਾ ਦਰਦ ਦੂਰ ਕਰਨ ਵਾਲੇ ਦੁੱਖਾਂ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਸਭ ਦੇ ਮਾਲਕ ਵਾਹਿਗੁਰੂ ਜੀਓ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਅਨਾਥਾਂ ਦੇ ਨਾਥ ਹੁੰ ਤੁਸੀਂ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਉਨਾਂ ਨੂੰ ਆਸਰਾ ਦੇਣ ਵਾਲੇ ਹਾਂ ਹਰ ਸਰੀਰ ਦੇ ਅੰਦਰ ਵਾਹਿਗੁਰੂ ਜੀ ਤੁਸੀਂ ਜੋਤ ਬਣ ਕੇ ਬੈਠੇ ਹੋ ਤੁਹਾਡੀ ਸ਼ਰਨ ਆਇਆ ਹਾਂ ਸ਼ਰਨ ਤੇਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਾਹਿਗੁਰੂ ਜੀ ਤੁਹਾਡੀ ਸ਼ਰਨ ਆਇਆ ਇਸ ਲਈ ਕਿ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਾਂ ਵਾਹਿਗੁਰੂ ਜੀ ਮੇਰੇ ਸਾਥ ਨੇ ਇਹ ਮਹਿਸੂਸ ਹੋਵੇ ਤੁਸੀਂ ਹਰ ਇੱਕ ਦੇ ਅੰਗ ਸੰਗੋਂ ਪਰ ਸੋਝੀ ਨਹੀਂ ਆ ਰਹੀ ਉਹ ਸੋਝੀ ਬਣ ਜਾਵੇ ਇਸ ਲਈ ਤੁਹਾਡੀ ਸ਼ਰਨ ਆਇਆ ਇਸ ਤੋਂ ਬਾਅਦ ਦੂਸਰੀ ਅਸ਼ਟਪਦੀ ਸ਼ੁਰੂ ਹੋਏਗੀ ਕੱਲ ਨੂੰ ਸਿੱਖੰਡ ਯਾਤਨ ਕਰਾਂਗੇ ਭੁੱਲਣ ਚੁੱਕਾ ਨਿਖਿਮਾ ਜੀ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਕੀ ਫਤਿਹ